सरवरे कायनात साहिब श्री गुरु ग्रंथ साहब महाराज की पावन पवित्र मुकद्दस गोद से जुड़ बैठे सत्कारयोग हाजरी, आओ सब तो पहला गुरुदेव पातशाह की पवित्र फतेह बुलंद करिए। सत्कार सहित आखना जी वाहिगुरु जी का खालसा वाहिगुरु जी की फतेह। प्रबंधक साहबान दे वल्लों हुक्म होया कि बाबा मक्खन शाह लबाणा जी का जीवन परिवार ते सिख तवारीक दे विच उन्हां दा स्थान की है उस दे बारे विचार सांझे करने ने। बेशक प्रबंधक साहबान दे वल्लों वक्त दी भी कोई सीमा नहीं। मैनूं याद है अज तो 10 साल पहले अमरीका दे न्यूयॉर्क गुरद्वारा साहिबान विखे मैं जदों बाबा मक्खन शाह दे जीवन दे उपर एक लैक्चर कीता ते प्रबंधक साहबान ने कहा कि जिहड़ियां गल्लां कीतियां ने उह साडे वास्ते नवीआं ने ते तुसीं इस नूं एक किताब दा रूप दे दिओ। महज बंदा एक घंटा जां डेढ़ घंटा जेकर लैक्चर करदा है ਤਾਂ ਮੇਰੇ ਖਿਆਲ ਦੇ ਨਾਲ ਕਿਤਾਬ ਤਾਂ ਨਹੀਂ 12 ਤੋਂ 20 ਪੰਨਿਆਂ ਦਾ ਇੱਕ ਕਿਤਾਬਚਾ ਬਣ ਸਕਦਾ ਇੱਕ ਵਿਖਿਆਨ ਦੇ ਉੱਪਰ। ਸੋ ਉਸੇ ਗੱਲ ਨੂੰ ਲੈ ਕੇ ਜਦੋਂ ਅੱਜ 11 ਸਾਲ ਹੋ ਗਏ ਨੇ ਜਦੋਂ ਮੈਂ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਜੀਵਨ ਪਰਿਵਾਰ ਕਾਰੋਬਾਰ ਇਤਿਹਾਸ ਦੇ ਵਿੱਚ ਉਹਨਾਂ ਦਾ ਸਥਾਨ ਜਦੋਂ ਮੈਂ ਇਹਦੇ ਬਾਰੇ ਖੋਜ ਆਰੰਭ ਕੀਤੀ ਤਾਂ 600 ਸਫ਼ੇ ਦੀ ਇੱਕ ਕਿਤਾਬ ਦਾ ਜੇ ਪਹਿਲਾ ਭਾਗ ਲਿਖ ਸਕਿਆ ਅਜੇ ਸਿਰਫ ਪਹਿਲਾ ਭਾਗ ਹੈ। ਔਰ ਇਹਦੇ ਵਿੱਚ ਵੀ ਮੈਨੂੰ ਇੰਝ ਲੱਗਦਾ ਹੈ ਕਿ ਇਹ ਵੀ ਸਮਾਂ ਜੇ ਘੱਟ ਹੈ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਮਹਿਜ਼ ਉਹਨਾਂ ਨੂੰ ਕੇਵਲ ਇੱਥੋਂ ਤੱਕ ਇਤਿਹਾਸ ਦੇ ਤਾਰੀਖੀ ਸੱਚ ਤੱਕ ਸੀਮਤ ਕਰਕੇ ਰੱਖ ਦਿੱਤਾ ਕਿ ਉਹ ਕੇਵਲ ਬਾਬੇ ਬਕਾਲੇ ਆਏ ਸੀ ਅਤੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਪਰ ਜੋ ਕੁਛ ਇਤਿਹਾਸ ਦੇ ਵਿੱਚ ਪਿਆ ਹੈ ਇੰਨੇ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਇਤਿਹਾਸ ਨੂੰ ਤਾਰੀਖ ਨੂੰ ਵਿਚਾਰਧਾਰਾ ਗੁਰਮਤ ਦੇ ਵਿੱਚ ਕਿਵੇਂ ਆਏ ਪਰਿਵਾਰਕ ਪਛੋਕੜ ਅਸੀਂ ਮੈਨੂੰ ਇੰਝ ਲੱਗਦਾ ਹੈ ਕਿ ਖੋਜ ਕਰਨ ਦੀ ਪ੍ਰਵਿਰਤੀ ਵੱਲ ਵਧੇਰੇ ਅਸੀਂ ਵਧੇ। ਅਤੇ ਜਦੋਂ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਇਤਿਹਾਸ ਦੀ ਖੋਜ ਕੀਤੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਤੁਹਾਨੂੰ ਬੜੀ ਛੋਟੀ ਜਿਹੀ ਉਦਾਹਰਣ ਲੱਗੇਗੀ ਵੇਖਣ ਦੇ ਵਾਸਤੇ। ਆ ਹੁਣ ਰੋਜ਼ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਆਉਂਦਾ ਹੈ ਕਿ ਸਾਡੇ ਦੇਸ਼ ਦੀ GDP ਜਿਹੜੀ ਹੈ ਬਹੁਤ ਘੱਟਦੀ ਜਾ ਰਹੀ ਹੈ। ਡਾਲਰ ਜਿਹੜਾ ਉਹ 83 ਰੁਪਈਏ ਤੱਕ ਪਹੁੰਚ ਗਿਆ ਕਿ $1 ਦੇ 83 ਰੁਪਏ ਬਣਦੇ ਜਾ ਰਹੇ ਨੇ। ਸਾਡੀ ਕਰੰਸੀ ਘੱਟਦੀ ਜਾ ਰਹੀ ਹੈ ਅਸੀਂ ਮੇਰੇ ਖਿਆਲ 4% ਤੋਂ ਵੀ ਥੱਲੇ ਆ ਚੁੱਕੇ ਹਾਂ ਕਰੀਬ। ਅਤੇ ਜਦੋਂ ਮੈਂ ਮੁਗਲ ਕਾਲ ਦੀ GDP ਵੇਖਦਾ ਅਕਬਰ ਤੋਂ ਲੈ ਕੇ ਭਾਵੇਂ ਕਿ ਉਦੋਂ ਇਹ ਸਾਧਨ ਨਹੀਂ ਸੀ ਪਰ ਜੇਕਰ ਉਹਨੂੰ ਅੱਜ ਦੇ ਸਾਧਨਾਂ ਦੇ ਵਿੱਚ ਕਨਵਰਟ ਕਰੀਏ ਤਾਂ ਵਿਸ਼ਵ ਦਾ 28% ਬਣਦੀ ਹੈ। ਫਿਰ ਵੇਖਣਾ ਪੈਂਦਾ ਹੈ ਕਿ ਜੇਕਰ ਕਿਸੇ ਸਟੇਟ ਦੀ ਕਿਸੇ ਰਾਜ ਦੀ ਆਰਥਿਕ ਹਾਲਤ ਇੰਨੀ ਉੱਚੀ ਹੈ ਤਾਂ ਉਹਦੇ ਪਿੱਛੇ ਉਹਦੇ ਬਿਜ਼ਨਸਮੈਨ ਕਿਵੇਂ ਦੇ ਹੋਣਗੇ ਉਹਦੇ ਵਪਾਰੀ ਉਹਦੇ ਆਰਥਿਕ ਅਦਾਰੇ ਕਿਵੇਂ ਦੇ ਹੋਣਗੇ। ਅਤੇ ਜਦੋਂ ਮੈਂ ਉਸ ਚੀਜ਼ ਦੀ ਖੋਜ ਕਰਦਾ ਤਾਂ ਮੁਗਲ ਰਾਜ ਦੇ ਵਿੱਚ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ 4 ਪਰਿਵਾਰ ਥੰਮ ਨੇ ਇਸ ਚੀਜ਼ ਦੇ ਆਰਥਿਕਤਾ ਦੇ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਬਿਦਰ ਕਰਨਾਟਕ ਦੇ ਵਣਜਾਰਾ ਪਰਿਵਾਰ ਨੇ, 3 ਤੁਹਾਡੇ ਆਪਣੇ ਨੇ। ਇੱਕ ਭਾਈ ਮਾਈ ਦਾਸ ਜੀ ਦਾ ਟੰਡ ਹੈ, ਮਾਈ ਦਾਸ ਭਾਈ ਮਨੀ ਸਿੰਘ ਦੇ ਪਿਤਾ ਜੀ। ਇੱਕ ਬਾਬਾ ਦਾਸਾ ਜੀ ਦਾ ਟੰਡ ਹੈ, ਬਾਬਾ ਮੱਖਣ ਸ਼ਾਹ ਦੇ ਪਿਤਾ ਜੀ। ਅਤੇ ਇੱਕ ਭਾਈ ਗੋਧੂ ਜੀ ਦਾ ਟੰਡ ਹੈ, ਲੱਖੀ ਸ਼ਾਹ ਵਣਜਾਰਾ ਦੇ ਪਿਤਾ ਜੀ। ਇਹ 4 ਟਾਂਡੇ ਜਿਹੜੇ ਨੇ ਜਾਂ ਕਹਿ ਸਕਦੇ ਹੋ ਕਿ 4 ਜਿਹੜੇ ਵੱਡੇ ਵਪਾਰੀ ਨੇ ਉਸ ਸਮੇਂ ਇਸ ਸਾਰੇ ਦੇਸ਼ ਦੀ ਆਰਥਿਕਤਾ ਦਾ ਥੰਮ ਨੇ। ਮੈਂ ਇੱਕ ਬੇਨਤੀ ਕਰਦਾ, ਫੋਨ ਆਪਣੇ ਸਾਇਲੈਂਟ ਕਰ ਦਿਓ, ਰਿਕੁਐਸਟ ਹੈ, ਕਿਉਂਕਿ ਜਿਹੜਾ ਤਾਰੀਖ ਦਾ ਵਿਖਿਆਨ ਹੁੰਦਾ
ਉਹਦੇ ਵਿੱਚ ਸਾਰੀ ਕੰਸਨਟ੍ਰੇਸ਼ਨ ਜਿਹੜੀ ਆ ਤਾਰੀਖ ਦੇ ਉੱਪਰ ਹੁੰਦੀ, ਇਤਿਹਾਸ ਦੇ ਉੱਪਰ ਹੁੰਦੀ ਹੈ। ਸੋ ਇੱਕ ਜਾਣੇ ਦੀ ਵੀ ਜਦੋਂ ਸੁਰਤ ਜਿਹੜੀ ਡਾਈਵਰਟ ਹੁੰਦੀ ਹੈ ਤਾਂ ਬੋਲਣ ਵਾਲੇ ਵਾਸਤੇ ਵੀ ਔਖਾ ਹੋ ਜਾਂਦਾ। ਸੋ ਬੇਨਤੀ ਕਰਦਾ ਕਿ ਫੋਨ ਆਪਣੇ ਸਾਇਲੈਂਟ ਕਰ ਦਿਉ। ਜਦੋਂ ਨਹੀਂ ਸੀ ਫੋਨ ਹੁੰਦੇ ਦੁਨੀਆ ਉਦੋਂ ਵੀ ਚੱਲਦੀ ਸੀ, ਕੰਮ ਕਾਰ ਉਦੋਂ ਵੀ ਚੱਲਦੇ ਸੀ। ਸੋ ਹੁਣ ਸਾਡੇ ਸਾਹਮਣੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਚਾਰ ਪਰਿਵਾਰ ਜਿਨ੍ਹਾਂ ਦੇ ਵਿੱਚੋਂ ਤਿੰਨਾਂ ਦਾ ਸਿੱਧਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਜੁੜਦਾ ਹੈ, ਇਹ ਸਿੱਖ ਇਤਿਹਾਸ ਦੇ ਵਿੱਚ ਆਏ ਕਿਵੇਂ? ਮੈਂ ਜਦੋਂ ਖੋਜ ਕਰਨੀ ਸ਼ੁਰੂ ਕੀਤੀ, ਜਿਹੜਾ ਮੈਂ ਸਾਰਾ ਬਿਰਤਾਂਤ ਇਸ ਕਿਤਾਬ ਦੇ ਵਿੱਚ ਦਿੱਤਾ ਹੋਇਆ, ਦਸੰਬਰ ਦੇ ਵਿੱਚ ਇਹ ਕਿਤਾਬ ਮਾਰਕੀਟ ਦੇ ਵਿੱਚ ਆ ਜਾਣੀ ਹੈ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਾਰੇ ਇੱਕ ਜਨਮ ਸਾਖੀ ਜਿਹੜੀ ਲੰਡਨ ਦੇ ਇੰਡੀਆ ਆਫਿਸ ਲਾਇਬ੍ਰੇਰੀ 'ਚ ਪਈ ਹੈ, ਜਿਸ ਨੂੰ ਵਲਾਇਤ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ, ਉਸ ਵਲਾਇਤ ਵਾਲੀ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ 1517 ਈਸਵੀ ਦੇ ਵਿੱਚ ਗੁਜਰਾਤ ਜਾਣ ਦਾ ਜ਼ਿਕਰ ਮਿਲਦਾ ਹੈ। ਇਹ ਗੁਜਰਾਤ ਮੋਦੀ ਵਾਲਾ ਨਹੀਂ, ਜਿਹੜਾ ਪਾਕਿਸਤਾਨ ਦਾ ਇੱਕ ਸ਼ਹਿਰ ਹੈ ਜਿਹੜਾ ਰਾਮ ਗੋਪਾਲ ਗੁੱਜਰ ਨੇ ਵਸਾਇਆ ਸੀ ਗੁਜਰਾਤ। ਗੁਰੂ ਨਾਨਕ ਸਾਹਿਬ ਅਤੇ ਮਰਦਾਨਾ ਜੀ ਉਸ ਨਗਰ ਦੇ ਵਿੱਚ ਪਹੁੰਚੇ, ਅਤੇ ਹੁਣ ਇੱਕ ਗੱਲ ਹੋਰ ਸੁਣਿਓ, ਗੁਰੂ ਨਾਨਕ ਸਾਹਿਬ ਇੱਕ ਬੜੀ ਵੱਡੀ ਹਵੇਲੀ ਦੇ ਸਾਹਮਣੇ ਬੈਠਦੇ ਨੇ, ਅਤੇ ਉਸ ਜਨਮ ਸਾਖੀ ਦੇ ਵਿੱਚ ਇਹਦਾ ਬਕਾਇਦਾ ਚਿੱਤਰ ਵੀ ਬਣਿਆ ਹੋਇਆ, ਕਿਸੇ ਚਿੱਤਰਕਾਰ ਨੇ ਬਹੁਤ ਪਿਆਰਾ ਚਿੱਤਰ ਬਣਾਇਆ। ਗੁਰੂ ਨਾਨਕ ਸਾਹਿਬ ਬੈਠੇ ਨੇ, ਮਰਦਾਨਾ ਜੀ ਬੈਠੇ ਨੇ, ਅਤੇ ਪਿੱਛੇ ਚਾਰ ਝੰਡੇ ਨੇ, ਅਤੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਵਾਲ ਉਸ ਜਨਮ ਸਾਖੀ ਦੇ ਮੁਤਾਬਿਕ ਪਤਾ ਕੀ ਹੈ? ਮਰਦਾਨਿਆ, ਕਿਸਕਾ ਗ੍ਰਹਿ ਹੈ ਚਾਰ ਧਵਜ ਝੂਲਦੇ ਹਨ? ਇਹ ਤਾਂ ਮਤਲਬ ਬਹੁਤ ਵੱਡੀ ਗੱਲ ਹੈ, ਕਿਸੇ ਦੇ ਘਰ ਦੇ ਉੱਪਰ ਚਾਰ ਝੰਡੇ ਝੂਲਦੇ ਹਨ, ਅਤੇ ਜਿਨ੍ਹਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਸਵਾਲ ਹੀ ਇਹ ਕਰਦੇ ਨੇ ਕਿ ਮਰਦਾਨਿਆ ਇਹ ਕਿਹਦਾ ਘਰ ਹੋ ਸਕਦਾ ਜਿਹਦੇ ਘਰ ਚਾਰ ਝੰਡੇ ਝੂਲ ਰਹੇ ਹੋਣਗੇ। ਆ ਸਾਡੇ ਵਿੱਚੋਂ ਹੁਣ ਤਾਂ ਇਸ ਤਰ੍ਹਾਂ ਦੀ ਵਿਚਾਰ ਚਰਚਾ, ਇਹ ਜਿਹੜੇ ਸ਼ਬਦ ਨੇ ਹੌਲੀ ਹੌਲੀ ਮਨਫੀ ਹੁੰਦੇ ਜਾ ਰਹੇ ਨੇ, ਪਰ ਕਿਸੇ ਸਮੇਂ ਸੀ। ਕਿਤੇ ਕਿਸੇ ਨੂੰ ਕਹਿਣਾ ਤੇਰੇ ਕੋਲ ਕੀ ਹੈ, ਤੰਜ ਕੱਸਣੀ, ਟਿੱਪਣੀ ਕਰਨੀ, ਵਿਅੰਗ ਕਰਨਾ, ਅਤੇ ਉਹਦਾ ਅੱਗੋਂ ਮੋੜਵਾਂ ਜਵਾਬ ਹੁੰਦਾ ਸੀ ਜੇ ਮੇਰੇ ਕੋਲ ਕੁਛ ਨਹੀਂ ਤਾਂ ਤੇਰੇ ਕਿਹੜੇ ਝੰਡੇ ਝੂਲਦੇ ਆ, ਅਕਸਰ ਸਾਡਾ ਜਵਾਬ ਹੁੰਦਾ ਸੀ। ਅਤੇ ਇਹ ਜਿਹੜਾ ਸਾਰਾ ਟਰਕਿਸ਼ ਜਿਹੜੀ ਡਨੈਸਟੀ ਆ ਉਹਦੇ ਤੋਂ ਮੁਗਲ ਕਾਲ ਤੱਕ ਇਸ ਤਰ੍ਹਾਂ ਆਉਂਦਾ ਹੈ ਕਿ ਜਿਸ ਤਰ੍ਹਾਂ ਅਸੀਂ ਸਾਲ ਬਾਅਦ ਆਪਣੀ ITR ਇਨਕਮ ਟੈਕਸ ਡਿਕਲੇਅਰ ਕਰਦੇ ਹਾਂ ਕਿ ਸਾਡੀ ITR ਹੈ, ਉਹਨਾਂ ਸਮਿਆਂ ਦੇ ਵਿੱਚ ਜਿਸ ਵਿਅਕਤੀ ਦੀ ਮਲਕੀਅਤ 1,00,000 ਸੋਨੇ ਦੀਆਂ ਮੋਹਰਾਂ ਤੋਂ ਵੱਧ ਹੁੰਦੀ ਸੀ ਉਹ ਆਪਣੇ ਘਰ ਦੇ ਉੱਪਰ ਇੱਕ ਝੰਡਾ ਲਗਾ ਸਕਦਾ ਸੀ। ਇਹਦਾ ਜ਼ਿਕਰ ਇੱਕ ਥਾਂ 'ਤੇ ਹੋਰ ਵੀ ਮਿਲਦਾ ਜੇ, ਜਿਸ ਨੂੰ ਕੋਲਬਰੁੱਕ ਵਾਲੀ ਜਨਮ ਸਾਖੀ ਵੀ ਆਖਦੇ ਹਾਂ, ਹਾਫਿਜ਼ਾਬਾਦ ਵਾਲੀ ਵੀ ਆਖਦੇ ਹਾਂ, ਵਲਾਇਤ ਵਾਲੀ ਵੀ ਆਖਦੇ ਹਾਂ, ਅਤੇ ਪੁਰਾਤਨ ਜਨਮ ਸਾਖੀ ਵੀ ਆਖਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਲਾਹੌਰ ਗਏ ਨੇ ਅਤੇ ਦੁਨੀ ਚੰਦ ਦੇ ਘਰ ਦੇ ਬਾਰੇ ਵੀ ਮਰਦਾਨੇ ਨੂੰ ਇਹੀ ਸਵਾਲ ਕੀਤਾ ਸੀ, ਮਰਦਾਨਿਆ ਕਿਸਕਾ ਗ੍ਰਹਿ ਏਕ ਧਵਜ ਝੂਲ ਰਿਹਾ, ਇੱਕ ਝੰਡਾ ਝੂਲਣਾ ਵੀ ਬੜੀ ਵੱਡੀ ਗੱਲ ਸੀ। ਹੁਣ ਇੱਥੇ ਸਵਾਲ ਕੀਤਾ ਜਾ ਰਿਹਾ ਮਰਦਾਨਿਆ ਘਰ ਕਿਸਦਾ, ਝੰਡੇ ਚਾਰ ਝੂਲ ਰਹੇ ਨੇ, ਇਹਦਾ ਮਤਲਬ ਉਸ ਸਮੇਂ ਉਹ ਉਸ ਇਲਾਕੇ ਦਾ ਕਿੰਨਾ ਅਮੀਰ ਵਿਅਕਤੀ ਹੋਵੇਗਾ। ਇਸ ਅਮੀਰ ਵਿਅਕਤੀ ਦਾ ਨਾਮ ਹੈ ਜਿਹੜਾ ਭਾਈ ਬਹੋੜੂ ਦੀ ਵੰਸ਼ ਦੇ ਵਿੱਚੋਂ, ਨਾਮ ਹੈ ਬਾਬਾ ਸੌਣ। ਜੇ ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ, ਵੈਸੇ ਤਾਂ ਇੰਨੇ ਵਿਸਥਾਰ ਦੀ ਸਾਨੂੰ ਸੰਗਤ 'ਚ ਵਿਖਿਆਨ ਦੀ ਲੋੜ ਨਹੀਂ ਪੈਂਦੀ। ਰਾਜਪੂਤ ਰਾਜਾ ਹੋਇਆ ਇੱਕ ਧੱਜ, ਧੱਜ ਦਾ ਪੁੱਤਰ ਸੀ ਕੋ ਧੱਜ, ਕੋ ਧੱਜ ਦਾ ਕਰਨ, ਕਰਨ ਦਾ ਕੈਸ਼ਪ, ਕੈਸ਼ਪ ਦਾ ਚਾਢਾ, ਚਾਢੇ ਦਾ ਪੁੱਤਰ ਥਿੱਡਾ, ਥਿੱਡੇ ਦਾ ਪੁੱਤਰ ਮੌਲਾ, ਮੌਲੇ ਦਾ ਛੋਟਾ ਭਰਾ ਮੋਤਾ, ਅਤੇ ਮੋਤੇ ਦੇ ਖਾਨਦਾਨ ਦੇ ਵਿੱਚੋਂ ਬਾਬਾ ਬਹੋੜੂ, ਅਤੇ ਉਹਦਾ ਅੱਗੋਂ ਵੰਸ਼ ਹੈ ਬਾਬਾ ਸੌਣ ਜਿਹੜਾ ਗੁਜਰਾਤ ਰਹਿੰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕਹਿਣ ਦੇ ਉੱਪਰ ਮਰਦਾਨਾ ਉਸ ਘਰ ਦੇ ਵਿੱਚ ਜਾਂਦਾ, ਅਤੇ ਉਸ ਘਰ ਦਾ ਮਾਲਕ ਬਾਬਾ ਸੌਣ ਗੁਰੂ ਨਾਨਕ ਸਾਹਿਬ ਦੇ ਪ੍ਰਵਚਨ ਸੁਣਨ ਦੇ ਵਾਸਤੇ ਸੰਗਤ 'ਚ ਆ ਬੈਠਦਾ। 3 ਦਿਨ ਗੁਰੂ ਨਾਨਕ ਸਾਹਿਬ ਉਸ ਨਗਰ ਦੇ ਵਿੱਚ ਰਹਿੰਦੇ ਨੇ, ਗੁਰੂ ਨਾਨਕ ਸਾਹਿਬ ਪ੍ਰਵਚਨ ਕਰਦੇ ਨੇ, ਅਤੇ ਬਾਬਾ ਸੌਣ ਪ੍ਰਵਚਨ ਸੁਣਦਾ।
ਅਤੇ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਤੁਰ ਲੱਗਦੇ ਨੇ ਕਰਤਾਰਪੁਰ ਸਾਹਿਬ ਵੱਲ ਨੂੰ ਅਤੇ ਪੈਰਾਂ ਦੇ ਉੱਪਰ ਸਿਰ ਰੱਖ ਕੇ ਇੱਕ ਗੱਲ ਕਹਿੰਦਾ, ਬਾਬਾ ਤੇਰੇ ਬਾਜ ਰਹਿ ਨਾ ਸਕਾਂ, ਹੁਣ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਬਾਬਾ ਤੇਰੇ ਬਾਜ ਰਹਿ ਨਾ ਸਕਾਂ, ਜਾਂ ਤਾਂ ਤੂੰ ਰਹਿ ਜਾ ਅਤੇ ਜਾਂ ਮੈਨੂੰ ਵੀ ਲੈ ਜਾ। ਇਹ ਗੱਲ ਬਾਬਾ ਸੌਣ ਕਹਿ ਰਿਹਾ, ਜਾਂ ਤਾਂ ਤੂੰ ਇੱਥੇ ਰਹਿ ਜਾ ਅਤੇ ਜਾਂ ਮੈਨੂੰ ਵੀ ਲੈ ਜਾ। ਅਤੇ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ, ਕਹਿੰਦੇ ਭਾਈ ਸੌਣ ਸਰੀਰ ਨਾਲ ਜੁੜ ਗਿਆ, ਜੇ ਤੂੰ ਸਰੀਰ ਨਾਲ ਜੁੜਿਆ ਹੈ ਨਾ ਤਾਂ ਕਦੀ ਮਿਲਾਪ ਹੋ ਹੀ ਨਹੀਂ ਸਕਦਾ। ਸਰੀਰ ਦੇ ਨਾਲ ਨਾ ਜੁੜ, ਸਰੀਰ ਦੇ ਨਾਲ ਜੁੜੇਗਾ ਤਾਂ ਸਰੀਰ ਕਰਕੇ ਮੈਂ ਵੀ ਸੰਸਾਰ ਤੋਂ ਚਲੇ ਜਾਣਾ, ਸਰੀਰ ਕਰਕੇ ਤੂੰ ਵੀ ਸੰਸਾਰ ਤੋਂ ਚਲੇ ਜਾਣਾ। ਸ਼ਬਦ ਨਾਲ ਜੁੜ ਜਾ, ਜੇ ਸ਼ਬਦ ਦੇ ਨਾਲ ਜੁੜੇਗਾ ਨਾ ਫਿਰ ਇਹ ਸਾਂਝ ਕੁਲਾਂ ਤੱਕ ਨਹੀਂ ਟੁੱਟਣੀ, ਸਰੀਰ ਦੀ ਸਾਂਝ ਟੁੱਟ ਜਾਣੀ, ਸ਼ਬਦ ਦੀ ਸਾਂਝ ਨਹੀਂ ਟੁੱਟਣੀ। ਸੱਚਮੁੱਚ ਇਤਿਹਾਸ ਦੇ ਵਿੱਚ ਇਵੇਂ ਹੀ ਹੋਇਆ। ਇਹੀ ਬਾਬਾ ਸੌਣ ਜਿਹੜਾ ਸ਼ਬਦ ਦੇ ਨਾਲ ਜੁੜ ਗਿਆ, ਜਿਸ ਦਾ ਅੱਗੋਂ ਪੁੱਤਰ ਭਾਈ ਅਰਥਾ, ਅਰਥੇ ਦਾ ਪਿੱਤਰ ਭਾਈ ਬਿੰਨਾ, ਬਿੰਨਾ ਜੀ ਦਾ ਪੁੱਤਰ ਭਾਈ ਦਾਸਾ ਜੀ, ਅਤੇ ਭਾਈ ਦਾਸਾ ਜੀ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਵਾਣਾ। ਬਾਬਾ ਮੱਖਣ ਸ਼ਾਹ ਲਵਾਣਾ ਜੀ ਦੇ ਤਿੰਨ ਪੁੱਤਰ, ਜਿਨ੍ਹਾਂ ਦੇ ਵਿੱਚੋਂ ਦੋ ਦੀ ਸ਼ਹਾਦਤ ਜਿਸ ਦਾ ਅਸੀਂ ਵਿਸਥਾਰ ਸਾਹਿਬ ਜ਼ਿਕਰ ਕਰਾਂਗੇ, ਅਤੇ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸ ਤਰ੍ਹਾਂ ਅਤੇ ਕਿੱਥੇ ਮਿਲਦਾ ਹੈ ਆਖਰ ਦੇ ਵਿੱਚ, ਇਹ ਸਾਰੀ ਜਿਹੜੀ ਗੱਲਬਾਤ ਹੈ ਉਹ ਅਸੀਂ ਇਤਿਹਾਸ ਦੇ ਵਿੱਚ ਕਰਾਂਗੇ। ਪਰ ਹੁਣ ਪਹਿਲਾਂ ਸੋਚਣ ਦੀ ਗੱਲ ਇਹ ਹੈ ਕਿ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਸਾਰੇ ਵਰਤਾਰੇ ਨੂੰ ਕੇਵਲ ਬਾਬੇ ਬਕਾਲੇ ਤੱਕ ਕੇਂਦਰਿਤ ਕੀਤਾ ਇਤਿਹਾਸ ਦੇ ਵਿੱਚ, ਪਰਿਵਾਰ ਕਦੋਂ ਜੁੜਿਆ ਸਿੱਖੀ ਦੇ ਨਾਲ, ਅਤੇ ਪਰਿਵਾਰ ਦਾ ਆਰਥਿਕ ਪੱਖ ਕਿਵੇਂ ਦਾ ਸੀ, ਆਰਥਿਕ ਅਮੀਰੀ ਕਿਵੇਂ ਦੀ ਸੀ, ਉਸ ਦੇ ਬਾਰੇ ਤਾਰੀਖ ਦੇ ਵਿੱਚ ਅਸੀਂ ਕਦੀ ਡੂੰਘਾ ਘੋਖਣ ਦਾ ਯਤਨ ਨਹੀਂ ਕੀਤਾ, ਨਾ ਅਸੀਂ ਇਤਿਹਾਸ ਦੀ ਖੋਜ ਕੀਤੀ। ਸੋ ਪਹਿਲੀ ਗੱਲ ਤਾਂ ਸਾਨੂੰ ਇੱਥੇ ਇਹ ਗੱਲ ਜਿਹੜੀ ਬਾਬਾ ਸੌਣ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾ ਦਿੱਤੀ, ਸਾਨੂੰ ਵੀ ਹਿਰਦੇ 'ਚ ਇਹ ਗੱਲ ਵਸਾ ਲੈਣੀ ਚਾਹੀਦੀ ਹੈ ਕਿ ਇਹ ਸਾਡੇ ਵਾਸਤੇ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਸਿੱਖ ਨੇ ਦੇਹ ਦੇ ਨਾਲ ਨਹੀਂ ਜੁੜਨਾ, ਸਿੱਖ ਨੇ ਸ਼ਬਦ ਦੇ ਨਾਲ ਜੁੜਨਾ। ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਬੇਸ਼ੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ, ਅਤੇ ਕੱਲ੍ਹ ਦਾ ਦਿਨ ਅਜੇ ਲੰਘਿਆ, ਗੁਰਦੁਆਰਾ ਕੱਥੂ ਨੰਗਲ ਜਿਹੜਾ ਬਾਬਾ ਬੁੱਢਾ ਜੀ ਦਾ ਜਨਮ ਅਸਥਾਨ ਹੈ, ਉਹ ਸਾਡੇ ਗੁਰੂ ਸਾਹਿਬ ਦੇ ਅਨੰਦ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦੀਆਂ ਰਸਮਾਂ ਵੀ ਨਿਭਾਈਆਂ, ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਜਿਨ੍ਹਾਂ ਨੂੰ ਮਿਲਿਆ, ਕੱਲ੍ਹ ਉਹਨਾਂ ਦੇ ਜਨਮ ਅਸਥਾਨ ਦੇ ਸਥਾਨ ਦੇ ਉੱਪਰ ਇੱਕ ਬੀਬੀ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਗਈ। ਉਹਦਾ ਕਾਰਨ ਕੀ ਹੈ? ਸ਼ਾਇਦ ਅਸੀਂ ਸ਼ਬਦ ਗੁਰੂ ਨੂੰ ਗੁਰੂ ਸਮਝਣਾ ਛੱਡ ਦਿੱਤਾ। ਮੈਂ ਕਈ ਵਾਰੀ ਸੋਚਦਾ ਕਿ ਕੀ ਸੱਚਮੁੱਚ ਜੇ ਗੁਰੂ ਸਾਹਿਬ ਸਾਡੇ ਕੋਲ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਕਾਲ ਦੇ ਵਿੱਚ ਗੁਰੂ ਸਾਹਿਬ ਇਸੇ ਤਰ੍ਹਾਂ ਬਿਰਾਜਮਾਨ ਹੋਣ ਤਾਂ ਸਾਡਾ ਰਵੱਈਆ ਇਹ ਵੀ ਹੋਵੇਗਾ? ਨਹੀਂ, ਇਹੀ ਸਾਡੇ 'ਚ ਤਬਦੀਲੀ ਆਈ ਹੈ ਕਿ ਗੁਰੂ ਦੀ ਅਹਿਮੀਅਤ ਕੀ ਹੈ, ਸ਼ਬਦ ਦੀ ਅਹਿਮੀਅਤ ਕੀ ਹੈ, ਅਸੀਂ ਇਸ ਨੂੰ ਵਸਾਰਨਾ ਛੱਡ ਦਿੱਤਾ, ਇਸ ਨੂੰ ਹਿਰਦੇ 'ਚ ਵਸਾਉਣਾ ਹੀ ਛੱਡ ਦਿੱਤਾ। ਅਸੀਂ ਸਮਝਦੇ ਹਾਂ ਕਿ ਬਸ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਚਲੇ ਗਏ, ਅਤੇ ਸੱਚ ਜਾਣਿਓ ਕਿ ਗੁਰੂ ਕੇਵਲ ਸਾਡੇ ਮੱਥੇ ਟੇਕਣ ਦਾ ਮੁਤਾਜ ਹੈ? ਜੇ ਪਾਤਸ਼ਾਹ ਨੂੰ ਪੁੱਛੀਏ ਕਿ ਕੀ ਅਸੀਂ ਮੱਥਾ ਟੇਕ ਕੇ ਆਪਣੀ ਜ਼ਿੰਮੇਵਾਰੀ ਨਿਭਾ ਲਈ, ਅਤੇ ਪਾਤਸ਼ਾਹ ਕਹਿੰਦੇ ਨਹੀਂ, ਸਰੀਰ ਕਰਕੇ ਨਿਵੇਂ ਹੋ, ਨਿਵਿਆ ਤਾਂ ਉਦਣ ਮੰਨਿਆ ਜਾਵੇਗਾ ਜਿਸ ਦਿਨ ਤੁੱਧ ਨੂੰ ਨਿਮਣ ਮੰਨਣ ਤੇਰਾ ਨਾਮ। ਜਿਸ ਦਿਨ ਤੁਸੀਂ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਆਪਣਾ ਸਿਰ ਗੁਰੂ ਦੇ ਚਰਨਾਂ 'ਤੇ ਟਿਕਾ ਦਿੱਤਾ, ਅਸਲ ਦੇ ਵਿੱਚ ਤਾਂ ਗੁਰੂ ਨੂੰ ਮੱਥਾ ਟੇਕਣਾ ਉਹ ਹੋਵੇਗਾ। ਅਜੇ ਤਾਂ ਅਸੀਂ ਬਹੁਤ ਵਾਰੀ ਸਰੀਰ ਕਰਕੇ ਨਿਉਂਦੇ ਹਾਂ, ਮਨ ਕਰਕੇ ਆਪਣਾ ਆਪਾ
समर्पित नहीं करते। तो मन करके ही समर्पण जरूरी है, तन करके सेवा की जा सकती है, बर्तन मांजे जा सकते ने, साध संगत के जोड़े साफ किए जा सकते ने। औखा काम है पर असंभव नहीं। इस तरह बचन करके भी सेवा की जा सकती है, तुसी गिनती दे जिन्ने मर्जी पाठ दिन दे विच कर सकते हो, औखा है असंभव नहीं। पर सब तो औखा है मन समर्पित कर देना। जिहड़ी मन करके सेवा है ये सब तो औखी है। ये मन करके सेवा की होगी बाबा सौन जी ने, तो जिन्हां दे फिर मन दे अंदरों आवाज आई कि हुण बाबा तेरे तो बिना रह ही नहीं सकता, जां तां इत्थे रह जा ते जां नाल लै जा। एक जड़ी गल है पैदा कितों होंदी है, मन करके जदों असीं गुरु दे अगे समर्पण कर दिंदे हां। जिन्ना चिर मन करके समर्पण नहीं करांगे उन्ना चिर इस तरह का जिहड़ा प्यार है गुरु दे नाल इह जन्म नहीं लवेगा। तो जिदन असी मन करके गुरु साहब नूं अपना आपा समर्पित कर दिता, फिर कभी कोई शब्द गुरु की बेअदबी भी नहीं करेगा, क्योंकि असी जिम्मेवारी पछाणांगे कि असी गुरु की हजूरी च रहना, असी गुरु के सेवक बन के चाकर बन के रहना। बाबा सौन जी का अगों प्रवास ते व्यापार, जदों मैं इहदे बारे अगों खोज शुरू की कि इन्ना वड्डा कारज की होवेगा, क्योंकि जो परिवार का पिछोकड़ पिछे असी जाते सीगे तो वह दक्षण की जिहड़ी नायक प्रणाली है वो नाल जुड़ता है। इस करके टांडियां दे विच नायक होंदे सी, हर टांडे दे मुखी नूं नायक कहा जाता सी। गुरु ग्रंथ साहब महाराज दे विच बाबा फरीद साहब की बाणी नूं छड्ड दईए तां बहुत सारे साडे गुरु ग्रंथ साहब महाराज दे विच गुरु साहिबान तो अलावा भगत साहिबान ने भी नायक शब्द की वरतों की, फरीद साहब ने नहीं की, बाकिया ने की है। बहुत सारे शब्द तो साड़ी जुबान के उपर चढ़े हुए हैं जिदे नायक शब्द आता है, कबीर साहब ने की है, टांडा शब्द की वरतों की है, नायक शब्द की वरतों की है। पर इतने जो असी व्यापारक पक्ष वाल जाने तो जो मैं इसकी खोज कर रहा सी तो सरदार हरपाल सिंह होना का, हरपाल सिंह कसूर होना का एक डाकूमेंट मेरे हाथ लगा, जिथों ये पता लग गया कि ये इन्ने वड्डे व्यापारी सी कि इन्हों का जिहड़ा व्यापार है वो समुद्री सफर दे राही इस द्वीप तो अफ्रीकी महाद्वीप ते उहदे तो अगे पुर्तगाल तक होंदा सी। फिर मेरे वास्ते ये भी एक चैलेंज सी कि उस सारे रूट नूं तां वेख्या जाए, खोज तां कीती जाए। जदों मैं तीन वारी फिर अफरीका गया इस खोज के वास्ते, उत्थे हाउस ऑफ कॉलम्स के विच मिस डोरिस सीगी, एक मिस रोज़, जिन्हां ने तकरीबन सारे दस्तावेज जिहड़े सी वह मैं उन्हां दी फोटो कापियां तकरीबन दे दित्तियां। उहदे विचों एक गल बड़ी स्पष्ट हो गई कि ये जिहड़े इत्थों दे परिवार सी जिहड़े व्यापार करदे सी उन्हां दा एक वड्डा म्यूजियम जिहड़ा वह मलिंदी दे विच बनिया होया सी किसे समय, अज भी वह म्यूजियम है पर पहला उन्हां समयां जो म्यूजियम नहीं सी वह गोदाम सी, जिथों ये जिहड़े वड्डे व्यापारी ने अपना जिन्ना भी इत्थों व्यापार करन दे वास्ते समान लेके जांदे सी वह उत्थे रखते सी। उत्थों अगे फिर क्योंकि उदो स्वेज नहर नहीं सी बनी, उदो यूरोप नूं जाण दा रस्ता यही हुंदा सी। ते तीन चार किताबां दे विच मैनूं ये जिक्र मिल गया कि यह जिहड़ा व्यापार है यह पुर्तगाल तक हुंदा सी। पुर्तगाल दे विच ये सारी जिन्नी लाइन है उहदे विच तुहानूं लबाणा शब्द बहुत मिल जाएगा, रशिया च मिल जाएगा, कुछ लोगों के सरनेम तुहानूं उत्थे मिल जाएंगे। सो मेरा कहण तो भाव यह सी कि एक तो व्यापार का जिहड़ा दायरा है वह बहुत वड्डा सी, असी सीमित किस तरह कर दिता, छोटा किस तरह कर दिता। साडे लिखारियां ने कह दिता कि नदी दे विच जेलम नदी दे विच त्रेमू दे स्थान पर उन्हां दा जिहड़ा काली दाह, तुसी कितें स्रोतां नूं पढ़ोगे ना वह चाहूगा त्रेमू की काली दाह में बेड़ा फस गया। हुण असी ये घोखण का यतन ना किया कि त्रेमू की काली दाह तो यह है ही नहीं, वो तो
ਜਮਨਾ ਦਾ ਉਹ ਸਥਾਨ ਹੈ ਜਿੱਥੇ ਕ੍ਰਿਸ਼ਨ ਭਗਵਾਨ ਨੇ ਕਾਲੀ ਨਾਥ ਨੂੰ ਨਾਗ ਨੂੰ ਨੱਥਿਆ ਸੀ, ਉਹ ਤਾਂ ਇੱਥੇ ਹੈ ਹੀ। ਅਸੀਂ ਇੱਥੇ ਜੋੜ ਕੇ ਸਾਰੇ ਇਤਿਹਾਸ ਨੂੰ ਇੱਥੋਂ ਤੱਕ ਸੀਮਿਤ ਕਰ ਦਿੱਤਾ, ਅਤੇ ਜਦੋਂ ਅਸੀਂ ਇਤਿਹਾਸ ਨੂੰ ਇੱਥੋਂ ਤੱਕ ਸੀਮਿਤ ਕਰ ਦਿੱਤਾ, ਫਿਰ ਅਸੀਂ ਇੰਨਾ ਹੀ ਬਣਾ ਲਿਆ ਕਿ ਇੱਕ ਅੱਧਾ ਬੇੜਾ ਹੋਵੇਗਾ, ਛੋਟਾ ਜਿਹਾ ਵਪਾਰ ਹੋਵੇਗਾ, ਅਤੇ ਵਪਾਰ ਦੇ ਵਿੱਚੋਂ ਬੇੜਾ ਫਸ ਗਿਆ ਹੋਵੇਗਾ। ਹੁਣ ਜਦੋਂ ਸਾਡੇ ਸਾਹਮਣੇ ਮਕਸਦ ਹੀ ਇੰਨਾ ਕੁ ਰਹਿ ਗਿਆ ਕਿ ਬਸ ਅਸੀਂ ਇੰਨੀ ਕੁ ਖੋਜ ਕਰਨੀ ਹੈ ਕਿ ਵਪਾਰ ਕਰਦੇ ਸੀ ਕੋਈ ਛੋਟਾ ਵੱਡਾ ਬੇੜਾ ਹੋਵੇਗਾ, ਫਸ ਗਿਆ, ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ। ਪਰ ਮੈਂ ਫਿਰ ਜਿਹੜੀ ਆਰੰਭ 'ਚ ਗੱਲ ਕੀਤੀ ਸੀ ਕਿ ਇਹਨਾਂ ਪਰਿਵਾਰਾਂ ਦਾ ਜਿਹੜਾ ਉਸ ਵੇਲੇ ਆਰਥਿਕ ਮਿਆਰ ਸੀ, ਅਸੀਂ ਉਹ ਸਾਰੇ ਤੋਂ ਹੌਲੀ ਹੌਲੀ ਦੂਰ ਚੱਲਦੇ ਗਏ। ਡਬਲਯੂ ਐਫ ਫਿਟਜ਼ਗਰਾਲਡ ਇੱਕ ਫੋਟੋਗ੍ਰਾਫਰ ਹੈ, ਉਸ ਫੋਟੋਗ੍ਰਾਫਰ ਦੀ ਫੋਟੋ ਮੈਂ ਇਸ ਕਿਤਾਬ ਦੇ ਵਿੱਚ ਵੀ ਦਿੱਤੀ ਹੋਈ ਹੈ। ਉਸ ਨੇ ਮਲਿੰਦੀ ਦੇ ਉਸ ਹਾਊਸ ਆਫ ਕਾਲਮਸ ਦੀ ਤਸਵੀਰ ਖਿੱਚੀ ਜਿਹੜਾ ਕਿਸੇ ਸਮੇਂ ਇਹਨਾਂ ਵਪਾਰੀ ਪਰਿਵਾਰਾਂ ਦਾ ਗੋਦਾਮ ਸੀ, ਔਰ ਉਹਦੇ ਉੱਪਰ ਬਕਾਇਦਾ ਨਿਸ਼ਾਨ ਸਾਹਿਬ ਲੱਗਾ ਹੋਇਆ। ਅੱਜ ਉਹ ਨਹੀਂ ਹੈਗਾ, ਇਮਾਰਤ ਢਾਹ ਕੇ ਨਵੀਂ ਬਣਾ ਦਿੱਤੀ ਗਈ ਹੈ, ਪਰ ਉਸ ਇਮਾਰਤ ਦੇ ਵਿੱਚ ਜਿੰਨੇ ਦਸਤਾਵੇਜ਼ ਪਏ ਨੇ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਬੜਾ ਕਲੀਅਰ ਹੈ ਕਿ ਇੱਥੇ ਹਿੰਦੁਸਤਾਨ ਤੋਂ ਆਉਣ ਵਾਲੇ ਵਪਾਰੀ ਲੋਕ ਇਸ ਬੰਦਰਗਾਹ ਦੇ ਉੱਪਰ ਆਪਣਾ ਸਮਾਨ ਲੈ ਕੇ ਆਉਂਦੇ, ਗੋਦਾਮਾਂ ਦੇ ਵਿੱਚ ਰੱਖਦੇ ਅਤੇ ਅਗਲੇਰੇ ਰਸਤਿਆਂ ਨੂੰ ਵੇਚਣ ਵਾਸਤੇ ਅਤੇ ਉੱਧਰਲਾ ਸਮਾਨ ਖਰੀਦਣ ਦੇ ਵਾਸਤੇ ਨਿਕਲ ਜਾਂਦੇ। ਸੋ ਪਹਿਲੀ ਗੱਲ ਤਾਂ ਇਹ ਸੀ ਕਿ ਇਸ ਪਰਿਵਾਰ ਦੀ ਆਰਥਿਕ ਅਮੀਰੀ ਦਾ ਕਾਰਨ ਜਿਹੜਾ ਇਹ ਕੀ ਸੀ। ਦੂਸਰੀ ਗੱਲ ਸਭ ਤੋਂ ਅਹਿਮ, ਪਰਿਵਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ 'ਤੇ ਜੁੜਿਆ, ਅਤੇ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ, ਜਦੋਂ ਮਸੰਦ ਪਰੰਪਰਾ ਸ਼ੁਰੂ ਕੀਤੀ ਜਾਂਦੀ ਹੈ ਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ, ਅਤੇ ਉਹ ਇਲਾਕਿਆਂ ਦੇ ਹਿਸਾਬ ਦੇ ਨਾਲ ਜਿਹੜੀ ਮਸੰਦਾਂ ਦੀ ਵੰਡ ਪ੍ਰਣਾਲੀ ਹੈ ਉਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀ ਰਚਨਾ 'ਚ ਕੀਤਾ। ਅਤੇ ਜਦੋਂ ਬੇਸ਼ੱਕ ਤੁਹਾਨੂੰ ਆਮ ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਵਿਆਖਿਆਵਾਂ ਦੇ ਵਿੱਚ ਇਹ ਗੱਲ ਨਹੀਂ ਮਿਲੇਗੀ, ਪਰ ਸਰਦਾਰ ਹਰਪਾਲ ਸਿੰਘ ਉਹਨਾਂ ਨੇ ਜਿਹੜੀ ਵਿਆਖਿਆ ਕੀਤੀ ਉਹ ਕਹਿੰਦੇ ਨੇ, ਪੁਰਖ ਪਦਾਰਥ ਜਾਣੀਏ ਤਾਰੂ ਭਾਰੂ ਦਾਸ ਦੁਆਰ। ਭਾਈ ਪਦਾਰਥ ਜੀ, ਭਾਈ ਤਾਰੂ ਜੀ, ਭਾਈ ਭਾਰੂ ਜੀ ਅਤੇ ਭਾਊਰੀ ਦਾਸਾ ਜੀ ਜਿਹੜੇ ਬਾਬਾ ਮੱਖਣ ਸ਼ਾਹ ਜੀ ਦੇ ਪਿਤਾ ਸੀ, ਇਹਨਾਂ ਨੂੰ ਬਾਹਰਲੇ ਇਲਾਕਿਆਂ ਦੇ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹਦੇ 'ਚ ਕਾਬਲ ਦਾ ਇਲਾਕਾ ਵੀ ਆਉਂਦਾ, ਕੁਛ ਰੂਸ ਦਾ ਇਲਾਕਾ ਵੀ ਆਉਂਦਾ, ਅਫਰੀਕਾ ਤੱਕ ਦਾ ਇਲਾਕਾ ਵੀ ਆਉਂਦਾ। ਇਸੇ ਤਰ੍ਹਾਂ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਹੋਣਾਂ ਦਾ ਲਿਖਿਆ ਹੋਇਆ, ਉਹਦੇ ਵਿੱਚ ਅਤੇ ਜਨਮ ਸਾਖੀਆਂ 'ਚ ਉਹ ਲਿਖਦੇ ਨੇ, ਦੇਸੇ ਵਾਏ ਵਾਹ ਦਾ ਦੇਸ਼। ਆ ਮੈਂ ਬਾਰ ਬਾਰ ਕਹਿੰਦਾ ਕਿ ਇਤਿਹਾਸ ਦੇ ਖਤਮ ਹੋਣ ਦਾ ਇੱਕ ਕਾਰਨ ਇਹ ਵੀ ਹੈ। ਜਦੋਂ ਤੁਸੀਂ ਯਹੂਦੀਆਂ ਨੂੰ ਪੜ੍ਹਦੇ ਹੋ ਨਾ, ਮੈਂ ਕਹਿੰਦਾ ਯਹੂਦੀ ਤਾਂ ਦੂਰ ਦੀ ਗੱਲ ਹੈ, ਛੱਡ ਦਿਓ ਤੁਸੀਂ, ਆ ਗੁੱਜਰ ਸਾਡੇ ਆਲੇ ਦੁਆਲੇ ਆ ਕੇ ਬੈਠੇ ਨੇ ਨਾ। ਗੁੱਜਰਾਂ ਦੇ ਗਰੀਬ ਤੋਂ ਗਰੀਬ ਪਰਿਵਾਰਾਂ ਨੇ ਵੀ ਮੌਲਵੀ ਰੱਖਿਆ, ਅਤੇ ਗੁੱਜਰਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਅਰਬੀ ਨਹੀਂ ਆਉਂਦੀ ਪਰ ਕੁਰਾਨ ਉਹਨਾਂ ਨੂੰ ਅਰਬੀ 'ਚ ਪੜ੍ਹਾਈ ਜਾਂਦਾ। ਜਿੰਨਾ ਚਿਰ ਤੱਕ ਤੁਸੀਂ ਆਪਣੀ ਧਰਮ ਦੀ ਵਿਚਾਰਧਾਰਾ ਦੇ ਸਰੋਤ ਆਪਣੀ ਮਾਂ ਬੋਲੀ 'ਚ ਨਹੀਂ ਪੜ੍ਹੋਗੇ, ਮੈਂ ਕਈ ਵਾਰੀ ਬਾਹਰ ਜਾਂਦਾ ਜੀ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਅੰਗਰੇਜ਼ੀ 'ਚ ਲੈਕਚਰ ਕਰ ਦਿਉ। ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਅੰਗਰੇਜ਼ੀ 'ਚ ਕੀਤੀ ਨਹੀਂ ਜਾ ਸਕਦੀ। ਤੁਸੀਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੋਲੀ ਬੁੱਕ ਕਹਿ ਲਓਗੇ, ਤੁਸੀਂ ਕਿਵੇਂ ਲੰਗਰ ਨੂੰ ਹੋਲੀ ਕਿਚਨ ਕਹਿ ਲਓਗੇ। ਕਿਸੇ ਵੀ ਧਾਰਮਿਕ ਸਰੋਤ ਦੀ ਵਿਆਖਿਆ ਉਸਦੀ ਮੂਲ ਭਾਸ਼ਾ 'ਚ ਹੀ ਕੀਤੀ ਜਾਂਦੀ ਹੈ ਜਿਸ ਭਾਸ਼ਾ 'ਚ ਉਹ ਰਚਿਆ ਹੁੰਦਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ, ਅਕਸਰ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਤਾਂ ਅਸੀਂ ਕਹਿਣਾ ਪੁਰੇ ਦੀ ਵਾਹ ਵਗਦੀ ਹੈ ਕਹਿੰਦੇ ਸੀ, ਉਹਦੇ ਤੋਂ ਅਸੀਂ ਮੌਸਮ ਦਾ ਅੰਦਾਜ਼ਾ ਲਗਾ ਲੈਂਦੇ ਸੀ। ਹੁਣ ਸ਼ਬਦ ਮੁੱਕ ਗਏ, ਪਰ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ ਜਦੋਂ ਇਹ ਸ਼ਬਦ ਖਤਮ ਹੋ ਗਏ ਕਿ ਰਤਨ ਸਿੰਘ ਭੰਗੂ ਤਾਂ ਉਸ ਪੱਛਮੀ ਖਿੱਤੇ ਦੇ ਇਲਾਕੇ ਨੂੰ ਦੇਸੇ ਵਾਏ ਕਹਿੰਦੇ, ਵਾਇਆ ਦਾ ਦੇਸ਼, ਅਤੇ ਜਨਮ ਸਾਖੀ ਵਾਲੇ ਪਤਾ ਕੀ ਕਹਿੰਦੇ, ਗੁਰੂ ਨਾਨਕ ਸਾਹਿਬ ਹਬਸ਼ ਵਲਾਇਤ ਗਏ। ਵਲਾਇਤ ਹੈ ਪੁਰਾਣਾ ਦੇਸ਼, ਵੱਖਰਾ ਦੇਸ਼ ਜਿੱਥੇ ਲੋਕ ਰਹਿ ਰਹੇ ਨੇ, ਅਤੇ ਹਬਸ਼ ਹਬਸ਼ੀ ਲੋਕ ਅਫਰੀਕਾ ਵਾਲੇ ਜਿਹਨੂੰ ਅੱਜ ਅਸੀਂ ਨੀਗਰੂ ਕਹਿ ਦਿੰਦੇ।
जन्म साखियां विच हवश वलायत शब्द आएगा, पंथ प्रकाश विच देसे वाए शब्द आएगा कि गुरु नानक सच्चे पातशाह उन्हां इलाकियां दे विच जगत दे उधार वास्ते गए ते उन्हां इलाकियां दे विच जदों संगतां स्थापित होईयां ते फिर प्रचार की जिम्मेवारी वास्ते मसंद परंपरा जिहड़ी सी ओह कायम की गई, जिन्हां दे विचों बाबा मक्खण शाह लुबाणा जी दे परिवार दे विच उन्हां दे पिता जी भी इस सारी जिम्मेवारी निभाउंदे। इस तों अगली गल वपारक खेत्र, हुण एक परिवार तां गुरु नानक साहब नूं मिल रहा बाबा सौण जी का, जिहदे परिवार दे विचों ने बाबा मक्खण शाह लुबाणा जी, एक वणजारा परिवार मिलता है गुरु नानक सच्चे पातशाह नूं पीली पीत दे कोल, नायक गोदू जी, जिन्हां दे घर दे विच जिहदा बकायदा जिक्र जन्म साखी दे विच, जिन्हां दे घर दे विच पहला दो बच्चे हो के संसार तो जा चुके ने, गुरु नानक साहब दे कोलों सिक्खी दी दात लैंदे ने, ते घर दे विच जुलाई 1580 दे विच उसे परिवार दे विच उस बालक दा जन्म हुंदा है जिन्हों असीं कहिंदे लक्खी शाह वणजारा। हुण जिहड़े लक्खी शाह वणजारा ने ਉਹ ਵੀ ਵੱਡੇ ਵਪਾਰੀ ਨੇ। ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਦਾ, ਉਹਨਾਂ ਦੇ ਪਿਤਾ ਜੀ ਦਾ ਨਾਮ ਜਿਹੜੇ ਮੁਗਲ ਕਾਲ ਦੇ ਉਸ ਸਮੇਂ ਦੇ ਸਰੋਤ ਨੇ ਉਹਨਾਂ ਦੇ ਵੀ ਵੱਡੇ ਵਣਜਾਰਿਆਂ ਦੇ ਰੂਪ ਦੇ ਵਿੱਚ ਆਉਂਦਾ। ਇੱਕ ਗੱਲ ਹੋਰ ਵੀ ਤੁਸੀਂ ਵੇਖਿਓ ਕਿ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਵੱਡੇ ਟਾਂਡਿਆਂ ਦੇ ਮਾਲਕ ਨੇ ਇਹਨਾਂ ਦੇ ਵਾਸਤੇ ਅਕਬਰ ਦੇ ਸਮੇਂ ਦਾ ਇੱਕ ਫਰਮਾਨ ਵੀ ਮਿਲਦਾ ਹੈ ਕਿ ਤੀਨ ਖੂਨ ਮਾਫ਼, ਕਿ ਕਾਨੂੰਨੀ ਤੌਰ ਦੇ ਉੱਪਰ ਇੰਨੀ ਜ਼ਿਆਦਾ ਖੁੱਲ੍ਹ ਦਿੱਤੀ ਗਈ ਸੀ ਕਿ ਜੇਕਰ ਤੁਹਾਡੇ ਟਾਂਡੇ ਦੇ ਉੱਪਰ ਕੋਈ ਹਮਲਾ ਕਰਦਾ ਹੈ, ਤੁਹਾਡੇ ਕੋਲ ਮਨਸਬਦਾਰੀ ਵੀ ਹੈ, ਤੁਹਾਡੇ ਕੋਲ ਆਪਣੀ ਨਿੱਜੀ ਗਾਰਦ ਰੱਖਣ ਦਾ, ਹਥਿਆਰਬੰਦ ਸ਼ਸਤਰਧਾਰੀ ਨਾਲ ਯੋਧੇ ਰੱਖਣ ਦਾ ਜਿੱਥੇ ਹਥਿਆਰ ਵੀ ਹੈ, ਅਤੇ ਤੁਹਾਡੇ ਕੋਲੋਂ ਆਪਣੀ ਸੁਰੱਖਿਆ ਦੇ ਕਰਕੇ ਜੇਕਰ ਦੋ ਤਿੰਨ ਬੰਦੇ ਮਰ ਵੀ ਜਾਂਦੇ ਨੇ ਤਾਂ ਤੁਹਾਡੇ ਉੱਪਰ ਹਕੂਮਤ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਮੈਂ ਹੁਣ ਤੁਹਾਨੂੰ ਇੱਕ ਉਦਾਹਰਨ ਦਿੰਦਾ। ਜਿਸ ਵੇਲੇ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਗੁਰੂ ਕਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਆਜੂ ਬੜੀ ਛੋਟੀ ਹੈ, ਬੜੀ ਛੋਟੀ ਆਜੂ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ, ਅਤੇ ਅਧਿਆਤਮਿਕ ਤੌਰ 'ਤੇ ਆਤਮਿਕ ਰੂਪ ਦੇ ਵਿੱਚ ਉਹ ਜਦੋਂ ਦਿੱਲੀ ਇਹ ਗੱਲ ਕਹਿ ਦਿੰਦੇ ਨੇ ਕਿ ਬਾਬਾ ਬਸੇ ਬਕਾਲੇ ਗ੍ਰਾਮ, ਤਾਂ ਜਿਹੜੀ ਜੋਤ ਹੈ ਉਹ ਤਾਂ ਪਰਿਵਰਤਿਤ ਹੋ ਗਈ, ਕਿਉਂਕਿ ਗੁਰਮਤਿ ਦੇ ਵਿੱਚ ਤਾਂ ਸਰੀਰ ਦੀ ਗੱਲ ਹੀ ਨਹੀਂ ਹੈ। ਗੁਰਮਤਿ ਤਾਂ ਕਹਿੰਦੀ ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ, ਪਰ ਗੁਰੂ ਸਾਹਿਬ ਦੇ ਪ੍ਰਗਟ ਹੋਣ ਤੱਕ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਉਡੀਕ ਕਿਉਂ ਕੀਤੀ ਜਾਂਦੀ ਹੈ? ਔਰ ਖਾਸ ਕਰਕੇ ਜਦੋਂ ਭਾਈ ਦਰਗਾਹੀ ਮੱਲ ਜੀ, ਭਾਈ ਦੁਆਰਕਾ ਦਾਸ ਜੀ ਅਤੇ ਬਹੁਤ ਸਾਰੇ ਇੱਥੋਂ ਵੀ ਭੱਲੇ ਪਰਿਵਾਰਾਂ ਦੇ ਵਿੱਚੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਗੁਰਤਾ ਗੱਦੀ ਦੀਆਂ ਰਸਮਾਂ ਦਿੰਦੇ ਨੇ ਅਤੇ ਕਹਿੰਦੇ ਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਜਾਵੇ, ਅਤੇ ਗੁਰੂ ਸਾਹਿਬ ਦਾ ਪ੍ਰਾਤਨ ਸਰੋਤਾਂ 'ਚ ਇੱਕ ਸ਼ਬਦ ਆਉਂਦਾ ਹੈ ਕਿ ਇੱਕ ਐਸੀ ਵਿੱਧ ਬਣੇਗੀ ਜਿਸ ਐਲਾਨ ਦੇ ਨਾਲ ਕੋਈ ਸ਼ੰਕਾ ਨਹੀਂ ਰਹੇਗਾ, ਬਾਬਾ ਮੱਖਣ ਸ਼ਾਹ ਲੁਬਾਣਾ। ਅਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਇੱਥੇ ਆਉਂਦੇ ਨੇ ਅਤੇ ਉਦੋਂ ਜਿਹੜੇ ਇੱਥੇ ਮੰਜੀਆਂ ਲਗਾ ਕੇ ਬੈਠੇ ਨੇ ਉਹਨਾਂ ਸਾਰਿਆਂ ਦੇ ਕੋਲ ਹੀ ਹਥਿਆਰਬੰਦ ਤਾਕਤ ਹੈ। ਧੀਰਮੱਲ ਨੇ ਆਪਣੇ ਮਸੰਦ ਰੱਖੇ ਹੋਏ ਨੇ ਜਿਨ੍ਹਾਂ 'ਚੋਂ ਸ਼ੀਹੇ ਵਰਗੇ ਕਈ ਬਦਮਾਸ਼ ਨੇ, ਕਈ ਧਾੜਵੀ ਰੱਖੇ ਹੋਏ ਨੇ, ਹਥਿਆਰਬੰਦ ਵਿਅਕਤੀ ਰੱਖੇ ਹੋਏ ਨੇ ਲੋਕਾਂ ਦੇ ਉੱਪਰ ਆਪਣਾ ਭੈ ਪਾਉਣ ਦੇ ਵਾਸਤੇ। ਤੁਸੀਂ ਹੁਣੇ ਵੇਖਦੇ ਹੋ ਕਰਨਾ ਪ੍ਰਚਾਰ ਹੁੰਦਾ ਨਾਲ 100-100 ਗਨਮੈਨ ਚੁੱਕਿਆ ਹੁੰਦਾ, ਕਰਨੀ ਸਿੱਖੀ ਦੀ ਗੱਲ ਹੈ, ਮਨ 'ਚ ਡਰ ਹੈ, ਮਨ 'ਚ ਭੈ ਹੈ, ਉਦੋਂ ਵੀ ਇਹ ਗੱਲ ਸੀ। ਅਤੇ ਜੇਕਰ ਤੁਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਦੇ ਹੋ ਉਹਦੇ 'ਚ ਬੜਾ ਸਪਸ਼ਟ ਆਉਂਦਾ ਹੈ ਕਿ ਲੋੜ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਉਹ ਸਿੱਖ ਆਵੇ ਜਿਹਦੇ ਕੋਲ ਹਥਿਆਰਬੰਦ ਸ਼ਕਤੀ ਵੀ ਹੈ। ਹੁੱਤੇ ਸਵਾਰ ਪੰਜ ਸੈ ਅੰਗ ਉਠਾਏ ਤੀਰ ਕਮਾਨ ਤੁਫੰਗ। ਅਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਇੱਥੇ ਆਉਂਦੇ ਨੇ ਉਹਨਾਂ ਦੇ ਨਾਲ ਜਿਹੜਾ 500 ਸਾਥੀਆਂ ਦਾ ਜ਼ਿਕਰ ਆਉਂਦਾ ਸਾਰੇ ਹਥਿਆਰਬੰਦ ਨੇ। ਸ਼ਸਤਰ ਰੱਖਣਾ ਕੋਈ ਗੁਨਾਹ ਨਹੀਂ ਹੈ। ਮੀਰੀ ਔਰ ਪੀਰੀ ਸ਼ਬਦ ਜਿਹੜੇ ਨੇ
ਇਹ ਪੁਰਾਣੇ ਨੇ ਅਤੇ ਅਰਬੀ ਭਾਸ਼ਾ ਦੇ ਵਿੱਚੋਂ ਨੇ, ਪਰ ਇਹਨਾਂ ਦੀ ਸਹੀ ਪਰਿਭਾਸ਼ਾ ਜੇਕਰ ਇਕੱਠੇ ਰੂਪ 'ਚ ਸਾਡੇ ਸਾਹਮਣੇ ਦੱਸੀ ਹੈ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੱਸੀ ਹੈ, ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ। ਪੀਰ ਹੈ ਧਾਰਮਿਕ ਵਿਅਕਤੀ, ਮੀਰ ਹੈ ਅਮੀਰ ਰਾਜਾ ਰਜਵਾੜੇ ਸ਼ਾਹੀ। ਉਹ ਕਹਿੰਦੇ ਨੇ ਕਿ ਜੇਕਰ ਅਮੀਰ ਅਤੇ ਰਾਜੇ ਦੇ ਕੋਲ ਧਰਮ ਨਹੀਂ ਹੈ ਉਹ ਜ਼ੁਲਮ ਕਰੇਗਾ, ਅਤੇ ਜੇਕਰ ਪੀਰ ਦੇ ਕੋਲ ਸ਼ਸਤਰ ਦੀ ਤਾਕਤ ਨਹੀਂ ਉਹ ਕਾਇਰ ਹੋ ਜਾਵੇਗਾ। ਇਹਨਾਂ ਦੋਹਾਂ ਦਾ ਤਵਾਜ਼ਨ ਬੜਾ ਜ਼ਰੂਰੀ ਹੈ। ਇਸੇ ਕਰਕੇ ਮੀਰੀ ਅਤੇ ਪੀਰੀ ਦੇ ਸੰਕਲਪ ਦੇ ਵਿੱਚ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਜੋੜ ਵੀ ਹੈ ਅਤੇ ਇੱਕ ਵਿਛੋੜ ਵੀ ਹੈ। ਜੋੜ ਇਹ ਹੈ ਕਿ ਦੋਵਾਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਅਤੇ ਵਿਛੋੜ ਇਹ ਹੈ ਕਿ ਕਦੀ ਵੀ ਮੀਰੀ ਨੂੰ ਪੀਰੀ ਦੇ ਉੱਪਰ ਨਹੀਂ ਕੀਤਾ ਜਾ ਸਕਦਾ। ਰਾਜਨੀਤੀ ਧਰਮ ਦੇ ਅਧੀਨ ਚੱਲੇ, ਕਦੀ ਵੀ ਰਾਜਨੀਤੀ ਧਰਮ ਨੂੰ ਪ੍ਰਭਾਵਿਤ ਨਾ ਕਰੇ, ਬਲਕਿ ਧਰਮ ਰਾਜਨੀਤੀ ਨੂੰ ਸੇਧ ਦੇਵੇ। ਇਸੇ ਕਰਕੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਸੁਖਬੀਰ ਸਿੰਘ ਹੋਣਾ ਦੀ, ਕਹਿੰਦੇ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਤਾਬਿਆ 'ਚ ਬੈਠਦੇ ਹੋ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਤੇ ਤੁਹਾਨੂੰ ਤਖ਼ਤ ਅਕਾਲ ਤਖ਼ਤ ਸਾਹਿਬ ਨਜ਼ਰ ਆਉਂਦਾ ਹੈ ਕੋਠਾ ਸਾਹਿਬ, ਉਹਦਾ ਕਾਰਨ ਕੀ ਹੈ ਕਿ ਧਰਮ ਦੀ ਅੱਖ ਹਮੇਸ਼ਾ ਰਾਜਨੀਤੀ 'ਤੇ ਰਹਿੰਦੀ ਹੈ, ਪਰ ਉੱਥੋਂ ਬੈਠ ਕੇ ਦਰਬਾਰ ਸਾਹਿਬ ਦਾ ਅੰਦਰਲਾ ਹਿੱਸਾ ਨਜ਼ਰ ਨਹੀਂ ਆਉਂਦਾ। ਇਹ ਬੜਾ ਅਹਿਮ ਤੱਥ ਹੈ ਸਮਝਣ ਵਾਲਾ। ਜਿਹੜੀ ਉਸ ਸਮੇਂ ਦੀ ਇਮਾਰਤ ਸਾਜੀ, ਇਹਨਾਂ 'ਚ ਸਿਧਾਂਤ ਦਾ ਪ੍ਰਗਟਾ ਕਿਵੇਂ ਕੀਤਾ ਗਿਆ ਕਿ ਧਰਮ ਦੀ ਅੱਖ ਜਿਹੜੀ ਹੈ ਹਮੇਸ਼ਾ ਰਾਜਨੀਤੀ 'ਤੇ ਰਹਿਣੀ ਚਾਹੀਦੀ ਹੈ, ਪਰ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਉੱਪਰ ਉਚੇਰੀ ਅੱਖ ਨਹੀਂ ਰੱਖ ਸਕਦੀ, ਉਹ ਨੀਵੀਂ ਅੱਖ ਰੱਖ ਸਕਦੀ। ਇਸ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਮਿਸਾਲ ਦੇ ਤੌਰ 'ਤੇ ਲੋੜ ਕਿਉਂ, ਜਦੋਂ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਿੱਖਾਂ ਨੂੰ ਹੁਕਮ ਕੀਤਾ ਹੋਵੇਗਾ ਕਿ ਜਬ ਹਮਰੇ ਦਰਸ਼ਨ ਕੋ ਆਵੋ ਬੰਸ ਚੇਤਨ ਸ਼ਸਤਰ ਸਜਾਵੋ, ਸ਼ਸਤਰਹੀਨ ਕਬੂ ਨਾ ਹੋਈ ਰਹਿਤਵੰਤ ਖਾਲਸ ਹੈ ਸੋਈ, ਬਿਨਾਂ ਸ਼ਸਤਰ ਕੇਸ ਨਰਨ ਪੇਟ ਜਾਨੋ, ਗਹਿ ਕਾਨ ਤਾ ਕੇ ਕਿਤੇ ਲੈ ਸਧਾਨੋ, ਇਹ ਮੋਰੀ ਆਗਿਆ ਸੁਣੋ ਹੇ ਪਿਆਰੇ, ਬਿਨਾਂ ਤੇ ਕੇਸ ਹੁੰਦੇ ਉਹਨਾਂ ਦੇ ਦਾਰੇ, ਇਹ ਮੋਰੀ ਬੇਨਾ ਮੰਨੇ ਸੋ ਜੋਈ, ਤਿਸੇ ਇਸ਼ ਪੂਰੀ ਸਭੇ ਜਾਨ ਸੋਈ। ਅਮਰੀਕਾ ਦੇ ਕੈਲੀਫੋਰਨੀਆ ਦੇ ਮਰਸਿਸ ਸਟੇਟ ਦੇ ਵਿੱਚ, ਸ਼ਹਿਰ ਦੇ ਵਿੱਚ, ਕੈਲੀਫੋਰਨੀਆ ਸਟੇਟ ਦਾ ਮਸਜਿਦ ਸ਼ਹਿਰ ਹੈ, ਤੁਸੀਂ ਸਾਰਿਆਂ ਨੇ ਸੁਣੇ, ਇੱਕ ਪਰਿਵਾਰ ਨੂੰ ਗੋਲੀਆਂ ਮਾਰ ਕੇ ਬੰਦੀ ਬਣਾਉਂਦਿਆਂ ਕਤਲ ਕਰ ਦਿੱਤਾ ਗਿਆ। ਕਾਰਨ ਕੀ ਕਿ ਸਾਡੇ ਘਰਾਂ ਦੇ ਵਿੱਚ ਸ਼ਸਤਰ ਹੀ ਨਹੀਂ ਰਹਿ ਗਏ। ਇੱਕ ਵਿਅਕਤੀ ਚਾਰ ਵਿਅਕਤੀਆਂ ਨੂੰ ਅਗਵਾ ਕਰਦਾ ਹੈ ਇੱਕ ਸ਼ਸਤਰ ਦੇ ਸਿਰ 'ਤੇ, ਅਤੇ ਚੌਹਾਂ ਨੂੰ ਕਤਲ ਕਰ ਦਿੰਦਾ ਹੈ। ਅਤੇ ਜੇ ਸਾਡੇ ਕੋਲ ਵੀ ਸ਼ਸਤਰ ਹੋਵੇ ਤਾਂ ਅਸੀਂ ਆਤਮ ਰੱਖਿਆ ਵਾਸਤੇ ਤਾਂ ਵਰਤ ਹੀ ਸਕਦੇ ਹਾਂ। ਅਸੀਂ ਤਾਂ ਇਹਦੇ ਪ੍ਰਤੀ ਇੱਕ ਅਨਟੱਚੇਬਿਲਟੀ ਦਾ ਪ੍ਰਭਾਵ ਕਾਇਮ ਕਰਤਾ, ਨਾ ਜੀ ਨਾ, ਹਥਿਆਰ ਨਹੀਂ ਹੋਣਾ ਚਾਹੀਦਾ ਘਰ ਦੇ ਵਿੱਚ, ਹੋਣਾ ਚਾਹੀਦਾ ਉਹਦੀ ਵਰਤੋਂ ਅਤੇ ਦੁਰਵਰਤੋਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਛੇਵੇਂ ਪਾਤਸ਼ਾਹ ਜਿਸ ਵੇਲੇ ਮੀਰੀ ਅਤੇ ਪੀਰੀ ਦੀ ਤਲਵਾਰ ਪਹਿਨ ਕੇ ਆ ਰਹੇ ਨੇ ਨਾਨਕ ਮਤਾ ਸਾਹਿਬ ਤੋਂ ਵਾਪਸ, ਅਤੇ ਸ਼ਿਵਾ ਜੀ ਮਰੱਟੇ ਦੇ ਗੁਰੂ ਰਾਮਦਾਸ ਸਰਵਰਥ ਨੇ ਇੱਕ ਸਵਾਲ ਕੀਤਾ ਸੀ ਕਿ ਤਲਵਾਰਾਂ ਕਿਉਂ ਪੈਣੀਆਂ ਨੇ, ਅਤੇ ਉਹ ਜਵਾਬ ਸਾਨੂੰ ਚੇਤੇ ਚਾਹੀਦਾ ਕਿ ਸ਼ਸਤਰਨ ਜਰਵਾਣੇ ਕੀ ਭੱਖਿਆ ਗਰੀਬ ਕੀ ਰੱਖਿਆ। ਜਿੱਦਣ ਸਾਨੂੰ ਇਸ ਗੱਲ ਦਾ ਪਤਾ ਹੋਊਗਾ ਨਾ, ਫਿਰ ਸ਼ਸਤਰ ਦੀ ਵਰਤੋਂ ਹੋਵੇਗੀ, ਦੁਰਵਰਤੋਂ ਨਹੀਂ ਹੋਵੇਗੀ। ਸੋ ਇਹ ਜਿਹੜੇ ਵਰਤਾਰੇ ਵਾਪਰਦੇ ਨੇ, ਇਹਨਾਂ ਦੇ ਵਿੱਚ ਸਾਨੂੰ ਆਪਣੇ ਆਪ ਦਾ ਆਤਮ ਨਿਰੀਖਣ ਵੀ ਕਰਨਾ ਚਾਹੀਦਾ, ਆਪਾਂ ਚੀਣਾ ਵੀ ਚਾਹੀਦਾ ਕਿ ਕਿਤੇ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਤੋਂ ਦੂਰ ਤਾਂ ਨਹੀਂ ਜਾ ਰਹੇ। ਗੁਰੂ ਸਾਹਿਬ ਦਾ ਹੁਕਮ ਕੀ ਸੀ ਸਾਨੂੰ ਕਿ ਸ਼ਸਤਰ ਸਿੰਘ ਕੋ ਹੋਣਾ ਚਾਹੀਦਾ, ਸ਼ਸਤਰ ਰੱਖ ਕੇ ਗਰੀਬ ਨੂੰ ਤੰਗ ਨਹੀਂ ਕਰਨਾ, ਸ਼ਸਤਰ ਹੋਣਾ ਚਾਹੀਦਾ, ਸ਼ਸਤਰ ਵਿਖਾ ਕੇ ਕਿਸੇ ਦੀ ਪੱਤ ਨਹੀਂ ਲੁੱਟਣੀ, ਸ਼ਸਤਰ ਹੋਣਾ ਚਾਹੀਦਾ ਪਰ ਉਹ ਚੱਲੇ ਉਦੋਂ ਜਦੋਂ ਕਿਸੇ ਗਰੀਬ ਦੀ ਰੱਖਿਆ ਕਰਨੀ ਹੈ, ਕਿਸੇ ਦੇ ਹੱਕਾਂ ਦੀ ਗੱਲ ਕਰਨੀ ਹੈ। ਪਰ ਅੱਜ ਜੋ ਕੁਛ ਸਮਾਜ 'ਚ ਹੋ ਰਿਹਾ ਉਹ ਸਾਡੀ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ। ਖੈਰ, ਅਸੀਂ ਉਸ ਵਿਸ਼ੇ ਦੇ ਉੱਪਰ ਆਈਏ। ਇੰਨਾ ਵੱਡਾ ਪਰਿਵਾਰ ਅਤੇ ਇੰਨਾ ਵੱਡਾ ਵਪਾਰ, ਅਤੇ ਬਾਬਾ ਦਾਸਾ ਜੀ, ਉਹਨਾਂ ਦੇ ਬਾਰੇ ਸਰਦਾਰ ਦੇਸਾ ਸਿੰਘ ਬਰਸਦਾਣਾ ਦੀ ਕਿਤਾਬ, ਉਹਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਮਿਲਦਾ ਹੈ, ਜਿੱਥੋਂ ਹੁਣ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਜਨਮ ਨੂੰ ਨਿਰਧਾਰਿਤ ਕਰਨਾ ਬੜਾ ਸੌਖਾ ਰਹਿ ਜਾਂਦਾ ਹੈ। ਉਹ ਕਹਿੰਦੇ ਨੇ ਕਿ 1604 ਦੇ ਵਿੱਚ
ਬਾਬਾ ਦਾਸਾ ਜੀ, ਉੱਥੇ ਦਾਸਾ ਸ਼ਾਹ ਲਿਖਿਆ, ਬਾਬਾ ਦਾਸਾ ਸ਼ਾਹ ਜੀ ਆਪਣੇ 15 ਸਾਲ ਦੇ ਪੁੱਤਰ ਮੱਖਣ ਸ਼ਾਹ ਨੂੰ ਲੈ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਵਿੱਚ ਆਏ। ਇਹਦਾ ਮਤਲਬ ਕਿ ਜੇ 1604 ਦੇ ਵਿੱਚ ਉਹਨਾਂ ਦੀ ਆਯੂ 15 ਸਾਲ ਹੈ ਅਤੇ ਜਨਮ 1599 ਦਾ ਬੰਦਾ ਹੈ, ਔਰ ਬਿਲਕੁਲ ਜਿਹੜੀਆਂ ਸਾਡੀਆਂ ਭੱਟਵਈਆਂ ਨੇ, ਜਿਹੜੇ ਭੱਟਵਈ ਸਰੋਤ ਨੇ, ਉਹਨਾਂ 'ਚ ਬਕਾਇਦਾ ਜਨਮ ਤਰੀਕ ਅਤੇ ਜਨਮ ਦਾ ਦਿਨ ਇਹੀ ਬਣਦਾ ਹੈ ਜਿਹੜਾ ਕਿ ਉਹਨਾਂ ਦੀ ਲਿਖਤ ਦੇ ਮੁਤਾਬਕ ਬਣਦਾ ਹੈ। ਅਗਲੀ ਗੱਲ ਹੈ ਕਿ ਵਪਾਰਕ ਸਾਂਝਾ। ਸਰਦਾਰ ਹਰਨਾਮ ਸਿੰਘ ਜੀ ਹੁਣੀ ਇੱਥੋਂ ਬੇਗੂਵਾਲ ਆਵੇ, ਬਾਬਾ ਹਰਨਾਮ ਸਿੰਘ ਜੀ, ਉਹਨਾਂ ਨੇ ਜਿਹੜੀ ਬਾਬਾ ਮੱਖਣ ਸ਼ਾਹ ਲਬਾਣਾ ਜੀ ਉੱਪਰ ਕਿਤਾਬ ਲਿਖੀ ਸੀ, ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੋ ਗਈ ਸੀ ਕਿ 2 ਤਰ੍ਹਾਂ ਦਾ ਜਿਹੜਾ ਵਪਾਰ ਚੱਲਦਾ ਸੀ, ਇੱਕ ਦੇਸ਼ ਦੇ ਵਿੱਚ ਵਪਾਰ, ਇੱਕ ਵਿਦੇਸ਼ੀ ਵਪਾਰ। ਜਿਹੜਾ ਬਾਬਾ ਲੱਖੀ ਸ਼ਾਹ ਬਣਜਾਰਾ ਦੇ ਕੋਲ ਵਪਾਰਕ ਖਿੱਤਾ ਸੀ ਉਹ ਸੀ ਦੇਸ਼ ਦਾ ਵਪਾਰ, ਅਤੇ ਉਹਦੇ ਵਾਸਤੇ ਉਹਨਾਂ ਨੂੰ ਉਸ ਸਮੇਂ ਦੀ ਜਿਹੜੀ ਫੌਜੀ ਹਕੂਮਤ ਹੈ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਸੀ, ਪਰ ਉਹਦਾ ਆਧਾਰ ਸੀ ਬਾਬਾ ਮੱਖਣ ਸ਼ਾਹ ਲਬਾਣਾ ਦਾ ਵਪਾਰ, ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਉਹ ਚੀਜ਼ਾਂ ਲੈ ਕੇ ਆਉਂਦੇ ਅਤੇ ਇੱਥੋਂ ਉਹ ਵਿਦੇਸ਼ਾਂ ਦੇ ਵਾਸਤੇ ਚੀਜ਼ਾਂ ਲੈ ਕੇ ਜਾਂਦੇ। ਸੋ ਕਹਿੰਦੇ ਸੀ ਕਿ ਇਹ ਦੋਵਾਂ ਦਾ ਜਿਹੜਾ ਸੰਬੰਧ ਹੈ ਉਹ ਇਹ ਸੀ ਕਿ ਇੱਕ ਵਿਅਕਤੀ ਜਿਹੜਾ ਉਹ ਦੇਸ਼ ਦਾ ਵਪਾਰ ਸਾਂਭ ਰਿਹਾ, ਇੱਕ ਵਿਅਕਤੀ ਜਿਹੜਾ ਵਿਦੇਸ਼ ਦਾ ਵਪਾਰ ਸਾਂਭ ਰਿਹਾ। ਹੁਣ ਅਸੀਂ ਇਹ ਵੇਖੀਏ ਕਿ ਇਹ ਜਿਹੜੇ ਦੱਖਣ ਤੋਂ ਤੁਰੇ ਇਹ ਵਪਾਰੀ ਲੋਕ ਨੇ ਨਾਇਕ ਪਰੰਪਰਾ ਦੇ ਨਾਲ ਸੰਬੰਧਿਤ, ਇਹ ਆਉਂਦੇ ਆਉਂਦੇ ਹੌਲੀ ਹੌਲੀ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਇਲਾਕਾ ਜਿਸ ਨੂੰ ਸਾਲਟ ਰੇਂਜਸ ਕਿਹਾ ਜਾਂਦਾ, ਸਿੰਧ ਨਦੀ ਦੇ ਕੰਢੇ ਦੀਆਂ ਲੂਣ ਖਾਣਾਂ ਦੇ ਉੱਪਰ ਕਾਬਜ ਹੋ ਜਾਂਦੇ। ਅਤੇ ਅਸੀਂ ਕਹਿੰਦੇ ਕਿ ਜਦੋਂ ਇਹਨਾਂ ਵਣਜਾਰਿਆਂ ਨੇ ਲੂਣ ਦੇ ਵਪਾਰ ਦੇ ਉੱਪਰ ਆਪਣੇ ਆਪ ਨੂੰ ਕਾਬਜ਼ ਕਰ ਲਿਆ ਅਤੇ ਉਦੋਂ ਲੂਣ ਦੇ ਵਪਾਰੀ, ਬਾਣੀਆ ਸ਼ਬਦ ਵਪਾਰੀ ਲਈ ਵਰਤਿਆ ਜਾਂਦਾ, ਲੂਣ ਬਾਣਾ ਲਬਾਣਾ ਸ਼ਬਦ ਬਣੇ। ਪਰ ਸਵਾਲ ਫਿਰ ਇੱਕ ਪੈਦਾ ਹੁੰਦਾ ਹੈ, ਸਵਾਲ ਪੈਦਾ ਇਹ ਹੁੰਦਾ ਕਿ ਉਹ ਅਫਰੀਕਾ ਨੂੰ ਜਾ ਰਹੇ ਨੇ ਵਪਾਰ ਦੇ ਵਾਸਤੇ, ਉੱਥੋਂ ਅੱਗੇ ਪੁਰਤਗਾਲ ਤੱਕ ਜਾਂਦੇ ਨੇ। ਸਵਾਲ ਪੈਦਾ ਇਹ ਹੁੰਦਾ ਕਿ ਜਿਹੜੇ ਦੇਸ਼ਾਂ ਦੇ ਵਿੱਚ ਉਹ ਜਾ ਰਹੇ ਨੇ ਉਹ ਦੇਸ਼ ਤਾਂ ਪਹਿਲਾਂ ਹੀ ਸਮੁੰਦਰ ਦੇ ਕੰਢੇ ਦੇ ਉੱਪਰ ਨੇ, ਅਤੇ ਸਮੁੰਦਰ ਦੇ ਕੰਢੇ 'ਤੇ ਰਹਿਣ ਵਾਲੇ ਲੋਕਾਂ ਨੂੰ ਤਾਂ ਲੂਣ ਦੀ ਕੋਈ ਕਮੀ ਨਹੀਂ ਹੁੰਦੀ। ਸਮੁੰਦਰ ਦੇ ਕੰਢੇ ਉੱਪਰ ਰਹਿਣ ਵਾਲੇ ਲੋਕਾਂ ਨੂੰ ਤਾਂ ਲੂਣ ਦੀ ਕੋਈ ਕਮੀ ਨਹੀਂ ਹੁੰਦੀ, ਫਿਰ ਇਹ ਕੀ ਲੈ ਕੇ ਜਾ ਰਹੇ ਨੇ ਜਿਹਦੇ ਕਰਕੇ ਇਹ ਇੰਨੇ ਅਮੀਰ ਨੇ। ਜਦੋਂ ਮੈਂ ਇਹਦੇ ਬਾਰੇ ਖੋਜ ਕਰ ਰਿਹਾ ਸੀ ਤਾਂ ਸਰਦਾਰ ਗਗਨਦੀਪ ਸਿੰਘ ਹੁਣੀ ਉਹ ਲੋਹਗੜ੍ਹ ਕਿਲ੍ਹੇ 'ਤੇ ਖੋਜ ਕਰਦੇ ਨੇ, ਅਸੀਂ ਅੱਗੇ ਆਵਾਂਗੇ, ਉਹਨਾਂ ਦੇ ਕੋਲ ਇੱਕ ਸਰੋਤ ਮਿਲਿਆ ਮੈਨੂੰ। ਫਰੈਂਚ ਰੈਵੋਲਿਊਸ਼ਨ ਦੇ ਵਿੱਚ, ਜਿਸ ਨੂੰ ਅਸੀਂ ਫਰਾਂਸ ਦੀ ਆਜ਼ਾਦੀ ਕਹਿੰਦੇ ਹਾਂ ਜਾਂ ਫਰਾਂਸ ਦਾ ਇਨਕਲਾਬ ਕਹਿੰਦੇ ਹਾਂ, ਉਹਦੇ ਦੌਰਾਨ ਫਰਾਂਸ ਦਾ ਇੱਕ ਰਾਇਲ ਫੈਮਿਲੀ, ਇੱਕ ਅਮੀਰ ਪਰਿਵਾਰ ਅਮਰੀਕਾ ਦੇ 'ਚ ਜਾ ਕੇ ਸ਼ਰਨ ਲੈਂਦਾ ਹੈ, ਅਮਰੀਕਾ ਦੇ 'ਚ ਜਾ ਕੇ ਸ਼ਰਨ ਲੈਂਦਾ ਹੈ ਪਰਿਵਾਰ, ਅਤੇ ਉੱਥੋਂ ਦੀ ਉਸ ਪਰਿਵਾਰ ਦੀ ਜਿਹੜੀ ਰਾਜਕੁਮਾਰੀ ਹੈ ਉਹ ਅਮਰੀਕਾ ਦੇ ਜਿਹੜੇ ਨੈਟਿਵ ਲੋਕ ਨੇ, ਅਮਰੀਕਾ ਦੇ ਵਸਨੀਕ ਅਤੇ ਜਿਹੜੇ ਇੱਥੋਂ ਕਬਜ਼ਾ ਕਰਨ ਦੇ ਵਾਸਤੇ ਇੰਗਲੈਂਡ ਦੇ ਲੋਕ ਗਏ ਨੇ, ਉਹਨਾਂ ਦੀਆਂ ਲੜਾਈਆਂ ਨੂੰ ਵੇਖ ਕੇ ਨਾ ਉਹਦੇ ਅਧਿਐਨ ਦੇ ਬਾਰੇ ਇੱਕ ਚਿੱਠੀ ਲਿਖਦੀ ਹੈ, ਅਤੇ ਚਿੱਠੀ ਦਾ ਜਿਹੜਾ ਸਿੱਟਾ ਪਤਾ ਕੀ ਕੱਢਦੀ ਹੈ, ਕਹਿੰਦੀ ਕਿ ਮੈਂ ਵੇਖਿਆ ਅਮਰੀਕੀ ਲੋਕ ਬਹਾਦਰ ਨੇ, ਵਧੀਆ ਲੜ ਸਕਦੇ ਨੇ, ਇਲਾਕਾ ਉਹਨਾਂ ਦਾ, ਇਲਾਕੇ ਦੇ ਜਾਣਕਾਰ ਨੇ, ਪਰ ਕਹਿੰਦੀ ਉਹਨਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਨਾ ਉਹ ਇਹ ਹੈ ਕਿ ਬਰਤਾਨੀਆ ਦੇ ਲੋਕਾਂ ਦੇ ਕੋਲ ਲਬਾਣਿਆਂ ਦਾ ਬਰੂਦ ਹੈ। ਫਿਰ ਮੈਨੂੰ ਹੋਰ ਖੋਜ ਕਰਨੀ ਪਈ ਕਿ ਗੱਲ ਤਾਂ ਲੂਣ ਤੋਂ ਚੱਲੀ ਸੀ, ਬਰੂਦ 'ਤੇ ਕਿੱਥੋਂ ਆ ਗਈ। ਫਿਰ ਜਦੋਂ ਮੈਂ ਇਹਦੇ ਬਾਰੇ ਹੋਰ ਰਿਸਰਚ ਕੀਤੀ ਤਾਂ ਜਿਸ ਵੇਲੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਜਾਂਦਾ ਅਤੇ ਉਹ ਰਾਣੀ ਨੂੰ ਇੱਕ ਚਿੱਠੀ ਲਿਖਦਾ ਹੈ, ਰਾਣੀ ਦੀ ਰਾਣੀ ਨੂੰ, ਕਹਿੰਦਾ ਬਾਕੀ ਸਭ ਕੁਛ ਤੂੰ ਦੇਣਾ ਜਾਂ ਦੇ ਨਾ ਦੇ ਤੇਰੀ ਮਰਜ਼ੀ ਹੈ, ਪਰ ਜਿਹੜੀਆਂ ਦਾਦਨਪੁਰ ਇਲਾਕੇ 'ਚ ਸਾਡੀਆਂ ਸਿੱਖ ਰਾਜ ਦੀਆਂ ਸਿੰਧ ਨਦੀ ਦੇ ਕੰਢੇ ਲੂਣ ਦੀਆਂ ਖਾਣਾਂ ਨੇ ਉਹ ਸਾਨੂੰ ਜ਼ਰੂਰ ਦੇ ਦੇ। ਸਵਾਲ ਫਿਰ ਮਨ ਦੇ ਵਿੱਚ ਪੈਦਾ ਹੋਇਆ ਕਿ ਉਹਨਾਂ ਲੂਣ ਦੀਆਂ ਖਾਣਾਂ 'ਚ ਐਸਾ ਕੀ ਸੀ। ਇਹ ਕੇਵਲ ਲੂਣ ਨਹੀਂ ਸੀ, ਇਹ ਸਾਲਟ ਫੈਕਟਰੀ ਸੀ ਜਿਸ ਨੂੰ ਉਹਨਾਂ ਸਮੇਂ 'ਚ ਚਿੱਟਾ ਸੋਨਾ ਕਿਹਾ ਜਾਂਦਾ ਸੀ, ਸ਼ੋਰਾ ਸੀ ਪੰਜਾਬੀ 'ਚ ਕਹਿੰਦੇ ਸੀ, ਅਤੇ ਇਹਦਾ ਜਿਹੜਾ ਕੈਮੀਕਲ ਸੀ ਕਹਿੰਦੇ ਪੋਟਾਸ਼ੀਅਮ ਨਾਈਟ੍ਰੇਟ, ਜਿਹੜਾ ਸਭ ਤੋਂ ਵਧੀਆ ਉਸ ਸਮੇਂ ਦਾ ਬਰੂਦ ਬਣਾਉਣ ਦੇ ਵਾਸਤੇ ਵਰਤਿਆ ਜਾਂਦਾ ਸੀ। ਸੋ ਇਹ ਜਿਹੜੇ ਪਰਿਵਾਰ ਨੇ ਇਹ ਕੇਵਲ ਲੂਣ ਦਾ ਵਪਾਰ ਨਹੀਂ ਸੀ ਕਰਦੇ, ਇਹਨਾਂ ਦੀ ਆਰਥਿਕਤਾ ਦਾ ਵੱਡਾ ਥੰਮ ਸੀ
पोटाशियम नाइट्रेट उन्हां देशों वल लैके जाना जिथे हुकूमतां स्थापित करन दे वास्ते लड़ाइयां यूरप च चल रही सी ते उह इन्हां दा सोने तो महंगा वेचदा सी। असी बहस सिर्फ लूण तक सीमित करके रख दिता, खोज करन वाले पासे असी वधे ही नहीं कि वह जिहड़ा लूण जिसनूं असी लूण कह रहे हैं साल्ट पैटरी शोरा जां पोटाशियम नाइट्रेट वह महज सब्जी च पा के खाण वाला लूण नहीं है। यही कारण सी, मैं तैनूं इक होर गल दसदा, जिस वेले सिखां दीआं अंग्रेज़ां दे नाल लड़ाइयां हुंदीआं ने लाल सिंह ते तेजा सिंह जदों गदारी करदे ने ते उहनां नूं कहा कि जांदा अंग्रेज़ अफसरां दे वल्लों कि जिहड़ा इहनां दा बरूद है ना उह नहीं सिखां तक पहुँचना चाहीदा क्योंकि उमदा दर्जे का बरूद सी सिखां दे कोल इन्हां खाणा दे विच्चों। इस करके उस दी थगा ते उपर सरों निकलदी है, वह बरूद अंग्रेज़ां तक पहुँचदा। सो यह जिन्ना भी ये कारज सी उत्थों बरूद कढ़न दा इहदी सारी जिहड़ी जिम्मेवारी सी उह लबाणे परिवारां दे कोल सी ते करम सिंह हिस्टोरीयन जदों रणजीत सिंह दे राज दे रोजनाम ते एडिट करदा ना ते उह बकायदा तौर ते कहिंदा कि लबाणे परिवारां दे कोलों लूण कढ़न दा कोई ठेका जां टैक्स नहीं सी लिया जांदा, बस उन्हां दे उपर इक्को ही जिम्मेवारी हुंदी सी भी किसी भी मुहिम दे विच तुसी बरूद वधिया किस्म दा सानू देणा। दूसरी गल उह कहिंदा कहिंदा कि इह इन्ने ज़्यादा अमीर सी टैक्स की लोड़ ही नहीं सी रह जांदी क्योंकि ये मंगण तो बिना ही इन्ना पैसा खजाने नू दे दिंदे सी किसी भी जंग दे विच कि मंगना पैंदा ही नहीं सी। ਇਹ ਗੱਲ ਕਰਮ ਸਿੰਘ ਹਿਸਟੋਰੀਅਨ ਰਣਜੀਤ ਸਿੰਘ ਦੇ ਰਾਜ ਦੇ ਦਸਤਾਵੇਜ਼ਾਂ ਦੇ ਵਿੱਚ ਲਿਖਦਾ ਹੈ। ਸੋ ਬਾਬਾ ਦਾਸਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਨੇ ਅਤੇ ਗੁਰੂ ਰਾਮਦਾਸ ਪਾਤਸ਼ਾਹ ਉਸ ਵੇਲੇ ਜਦੋਂ ਹਰਿਮੰਦਰ ਸਾਹਿਬ ਨੂੰ ਸਿੱਖੀ ਦੇ ਕੇਂਦਰ ਦੇ ਤੌਰ 'ਤੇ ਸਥਾਪਿਤ ਕਰਦੇ ਨੇ ਅਤੇ 50 ਤੋਂ ਵੱਧ ਤਰ੍ਹਾਂ ਦੇ ਉੱਥੇ ਜਿਹੜੇ ਹਸਤ ਕਿੱਤੇ ਅਤੇ ਕਾਰੀਗਰ ਲਿਆ ਕੇ ਵਸਾਏ ਜਾਂਦੇ ਨੇ। ਉਹਨਾਂ ਸਮਿਆਂ ਦੇ 'ਚ ਇੱਕ ਵੱਡਾ ਟਰੇਡ ਸੈਂਟਰ ਜਿਹੜਾ ਉਹ ਅੰਮ੍ਰਿਤਸਰ ਕਾਇਮ ਕੀਤਾ ਜਾਂਦਾ ਹੈ ਅਤੇ ਉਸ ਟਰੇਡ ਸੈਂਟਰ ਦਾ ਇੱਕ ਵੱਡਾ ਆਧਾਰ ਹੈ ਜਿਹੜੀ ਅੱਜ ਵੀ ਜਿਸ ਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਲੂਣ ਮੰਡੀ ਅਤੇ ਜਿਹੜਾ ਸਮੁੰਦਰੀ ਵਪਾਰ ਹੈ ਉਸ ਸਮੇਂ ਕਰਾਚੀ ਤੋਂ ਵੀ ਹੁੰਦਾ ਹੈ ਅਤੇ ਕਾਸ਼ਪੁਜ ਦੇ ਇਲਾਕੇ ਤੋਂ ਵੀ ਹੁੰਦਾ ਹੈ ਅਤੇ ਸਾਰਾ ਜਿਹੜਾ ਸਮਾਨ ਹੈ ਉਹ ਇੱਥੇ ਪਹੁੰਚਦਾ ਹੈ। ਇਹਦੇ ਨਾਲ ਇੱਕ ਗੱਲ ਹੋਰ ਕੀ ਹੁੰਦੀ ਹੈ ਕਿ ਜਿਹੜੇ ਸਿੱਖਾਂ ਦੇ ਵਿੱਚ ਵਪਾਰੀ ਵਰਗ ਹੈ ਉਹਨਾਂ ਦੇ ਆਪਸੀ ਸੰਬੰਧ ਬਹੁਤ ਵਧੀਆ ਬਣ ਜਾਂਦੇ ਨੇ ਔਰ ਇਹਨਾਂ ਸੰਬੰਧਾਂ ਦੇ ਵਿੱਚੋਂ ਹੀ ਨਿਕਲਦਾ ਹੈ ਭਾਈ ਲੱਖੀ ਸ਼ਾਹ ਵਣਜਾਰਾ ਦੀ ਬੇਟੀ ਬੀਬੀ ਸੀਤੋ ਬਾਈ ਦਾ ਵਿਆਹ ਭਾਈ ਮਨੀ ਰਾਮ ਦੇ ਨਾਲ ਹੋਣਾ ਜਿਹੜੇ ਬਾਅਦ ਦੇ ਵਿੱਚ ਮਨੀ ਸਿੰਘ ਬਣਦੇ ਨੇ। ਹੁਣ ਇਹ ਤਿੰਨੇ ਜਿਹੜੇ ਅਮੀਰ ਪਰਿਵਾਰ ਨੇ ਰਿਸ਼ਤੇਦਾਰੀ 'ਚ ਵੱਧ ਚੁੱਕੇ ਨੇ। ਬਾਬਾ ਮੱਖਣ ਸ਼ਾਹ ਲਬਾਣਾ ਦੇ ਕੋਲ ਬਾਹਰ ਦਾ ਵਪਾਰ ਹੈ, ਲੱਖੀ ਸ਼ਾਹ ਜੀ ਦੇ ਕੋਲ ਅੰਦਰੂਨੀ ਵਪਾਰ ਹੈ ਅਤੇ ਲੱਖੀ ਸ਼ਾਹ ਦਾ ਕੁੜਮ ਹੈ ਭਾਈ ਮਾਈਦਾਸ ਜਿਹੜਾ ਉਸ ਸਮੇਂ ਦਾ ਵੱਡਾ ਵਪਾਰੀ ਹੈ। ਇਤਿਹਾਸ ਤਾਂ ਅਸੀਂ ਮੈਂ ਕਹਿੰਦਾ ਨਾ ਕਈ ਵੀ ਤੰਦ ਵੀ ਨਹੀਂ ਛੋਹ ਕੇ ਵੇਖਿਆ, ਅਸੀਂ ਤਾਂ ਖੋਜ ਕੀਤੀ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਹ 600 ਸਫ਼ਾ ਲਿਖ ਕੇ ਵੀ ਇਹਨੂੰ ਇਹਦੇ ਪੇਜ ਇਹਨੂੰ ਮੈਂ ਭਾਗ ਪਹਿਲਾਂ ਕਿਹਾ, ਮੈਨੂੰ ਇੰਝ ਲੱਗਾ ਜਿਵੇਂ ਪੂਰਾ ਨਹੀਂ ਲਿਖ ਸਕਿਆ, ਪਰ ਜਦੋਂ ਮੈਂ ਲੱਭਣ ਵਾਸਤੇ ਤੁਰਿਆ ਸੀ ਮੈਨੂੰ ਕੋਈ ਕਿਤਾਬ ਲੱਭਦੀ ਨਹੀਂ ਸੀ ਵੀ ਜਿਹੜੀ ਕੇਵਲ ਅਤੇ ਕੇਵਲ ਇਸ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਪਰਿਵਾਰ ਦੀ ਗੱਲ ਤਾਂ ਕਰ ਸਕੇ, ਸਾਨੂੰ ਪਤਾ ਹੋਵੇ ਕਿ ਦੱਖਣ ਤੋਂ ਤੁਰਿਆ ਪਰਿਵਾਰ ਕਿਸ ਤਰ੍ਹਾਂ ਸਿੱਖੀ 'ਚ ਇੰਨੀ ਵੱਡੀ ਜਗ੍ਹਾ ਬਣਾਉਂਦਾ ਹੈ। 1580 ਦੇ ਵਿੱਚ ਜਨਮ ਹੁੰਦਾ ਹੈ ਲੱਖੀ ਸ਼ਾਹ ਵਣਜਾਰਾ ਜੀ ਦਾ। 17 ਸਰੋਤ ਉਸ ਵੇਲੇ ਦੇ ਬਹੁਤ ਨੇੜੇ ਦੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਸੰਬੰਧ ਰੱਖਦੇ ਅਤੇ ਉਹਨਾਂ 17 ਹੀ ਸਰੋਤਾਂ ਦੇ ਵਿੱਚ ਕਿਤੇ ਬਾਬਾ ਮੱਖਣ ਸ਼ਾਹ ਜੀ ਦੇ ਨਾਲ ਵਣਜਾਰਾ ਸ਼ਬਦ ਮਿਲੇਗਾ ਅਤੇ ਕਿਤੇ ਲੱਖੀ ਸ਼ਾਹ ਜੀ ਦੇ ਨਾਲ ਲਬਾਣਾ ਸ਼ਬਦ ਮਿਲੇਗਾ। ਅਤੇ ਉਸ ਤੋਂ ਅੱਗੇ ਗੱਲ ਆ ਜਾਂਦੀ ਹੈ ਭਾਈ ਮਨੀ ਸਿੰਘ ਹੋਣਾ ਦੀ। ਉਹਨਾਂ ਦੇ ਬਾਰੇ ਅਸੀਂ ਸਾਰੇ ਜਾਣਦੇ ਕਿ ਉਸ ਪਰਿਵਾਰ ਦੇ ਵਿੱਚੋਂ ਕਿੰਨੀਆਂ ਸ਼ਹਾਦਤਾਂ ਹੁੰਦੀਆਂ ਨੇ। ਇੱਕ ਸ਼ਹਾਦਤ ਐਸੀ ਹੈ ਜਿਹਦਾ ਅਸੀਂ ਇਤਿਹਾਸ ਦੇ ਵਿੱਚ ਜ਼ਿਕਰ ਹੀ ਨਹੀਂ ਕਰਦੇ। ਮੈਨੂੰ ਨਹੀਂ ਲੱਗਦਾ ਕਿਸੇ ਪ੍ਰਚਾਰਕ ਨੇ ਕਿਸੇ ਰਾਗੀ ਢਾਡੀ ਨੇ ਇੱਕ ਐਸੀ ਜੰਗ ਨੂੰ ਕਦੀ ਬੋਲਿਆ ਹੋਵੇ। ਉਹ ਇਹ ਹੈ ਕਿ 1580 ਦੇ ਵਿੱਚ ਜਨਮ ਹੁੰਦਾ ਹੈ ਲੱਖੀ ਸ਼ਾਹ ਵਣਜਾਰਾ ਜੀ ਦਾ। 1680 ਚ ਪੂਰੇ 100 ਸਾਲ ਦੀ ਉਮਰ ਦੇ ਵਿੱਚ ਉਹ ਅਕਾਲ ਚਲਾਣਾ ਕਰ ਜਾਂਦੇ 1680 ਦੇ ਵਿੱਚ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਤੋਰਦੇ ਨੇ ਪੰਜਾਬ ਵੱਲ ਨੂੰ
ਉਹਨਾਂ ਦੇ ਨਾਲ ਪੰਜ ਸਿੰਘ ਨੇ, ਤਿੰਨ ਤੇ ਸਕੇ ਭਰਾ ਨੇ ਭਗਵੰਤ ਸਿੰਘ, ਬਾਜ ਸਿੰਘ ਤੇ ਕੌਰ ਸਿੰਘ, ਦੋ ਨੇ ਭਾਈ ਕਾਨ ਸਿੰਘ ਤੇ ਭਾਈ ਬਨੋਦ ਸਿੰਘ ਪਿਤਾ ਤੇ ਪੁੱਤਰ, ਤਿੰਨ ਸਕੇ ਭਰਾ ਦੋ ਪਿਤਾ ਤੇ ਪੁੱਤਰ। ਅਸੀਂ ਬਾਅਦ 'ਚ ਗੱਲ ਕਰਦੇ ਹਾਂ, ਇਹ ਵੀ ਲੁਬਾਣਾ ਪਰਿਵਾਰ ਸੀ ਭਾਈ ਭਗਵੰਤ ਸਿੰਘ, ਇਹਦੀ ਗੱਲ ਬਾਅਦ 'ਚ ਕਰਦੇ ਹਾਂ। ਇਹਦੀ ਰਿਆਸਤ ਦੇ ਉੱਪਰ ਵੀ ਮੈਂ ਉਸ ਇਲਾਕੇ 'ਚ ਜਾ ਕੇ ਕਾਫੀ ਕੰਮ ਕੀਤਾ, ਇਹ ਮੈਂ ਗੱਲ ਤੁਹਾਨੂੰ ਬਾਅਦ 'ਚ ਦੱਸਦਾ। ਫਿਲਹਾਲ ਇੱਕ ਜੰਗ ਦੇ ਉੱਪਰ ਸੀਮਿਤ ਰਹੀਏ ਕਿ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੋਰ ਦਿੱਤਾ ਹੈ ਅਤੇ ਭਾਈ ਮਨੀ ਸਿੰਘ ਦੇ ਕੋਲ ਸੇਵਾ ਹੈ ਦਰਬਾਰ ਸਾਹਿਬ ਦੀ। ਸੰਗਤਾਂ ਜਿਹੜੀਆਂ ਨੇ ਭਾਈ ਮਨੀ ਸਿੰਘ ਹੁਣਾਂ ਦੇ ਕੋਲ ਆ ਰਹੀਆਂ ਨੇ, ਅਤੇ ਉਸ ਵੇਲੇ ਇੱਕ ਬ੍ਰਾਹਮਣ ਪਰਿਵਾਰ ਹੈ, ਖੱਤਰੀ ਪਰਿਵਾਰ, ਉਹਦੇ ਦੋ ਪੁੱਤਰ ਨੇ, ਇੱਕ ਰਾਮੂ ਇੱਕ ਮੋਹਕਮ। ਮੋਹਕਮ ਅਤੇ ਅੰਮ੍ਰਿਤ ਛੱਕ ਕੇ ਮੋਹਕਮ ਸਿੰਘ ਬਣ ਜਾਂਦਾ ਹੈ, ਅਤੇ ਜਿਹੜਾ ਰਾਮੂ ਹੈ ਉਹਦਾ ਅੰਮ੍ਰਿਤਸਰ ਦੇ ਬਾਹਰ ਇੱਕ ਬਾਗ ਹੈ, ਉਹਦੇ ਵਿੱਚੋਂ ਆ ਰਹੀਆਂ ਸੰਗਤਾਂ ਜਿਹੜੀਆਂ ਨੇ ਤੂਤ ਦੀਆਂ ਗੋਲਾਂ ਤੋੜ ਕੇ ਖਾ ਲੈਂਦੀਆਂ ਨੇ। ਇਸ ਗੱਲ ਤੋਂ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਲਾਹੌਰ ਦਰਬਾਰ ਤੱਕ ਸ਼ਿਕਾਇਤ ਚਲੀ ਜਾਂਦੀ ਹੈ, ਕਿਉਂਕਿ ਜਦੋਂ ਰਾਮੂ ਸਿੱਖਾਂ ਨੂੰ ਅਪਸ਼ਬਦ ਬੋਲਦਾ ਹੈ ਤਾਂ ਸਿੰਘ ਉਹਦਾ ਥੋੜ੍ਹਾ ਜਿਹਾ ਹੱਥ ਹੌਲਾ ਕਰ ਦਿੰਦੇ। ਇਹ ਗੱਲ ਪਹਿਲਾਂ ਪੱਟੀ ਦੇ ਫੌਜਦਾਰ ਕੋਲ ਪਹੁੰਚਦੀ ਹੈ, ਬਾਅਦ ਦੇ ਵਿੱਚ ਗੱਲ ਲਾਹੌਰ ਜਾਂਦੀ ਹੈ। ਹੁਣ ਉਦੋਂ ਜਿਹੜਾ ਲਾਹੌਰ ਦਾ ਫੌਜਦਾਰ ਹੈ ਉਹ ਪਤਾ ਕੌਣ ਹੈ? ਕੋਈ ਵੀ ਨਹੀਂ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ ਤਾਂ ਲਾਹੌਰ ਨੂੰ ਸਿੱਧਾ ਆਪਣੇ ਅਧੀਨ ਰੱਖਦਾ, ਉੱਥੇ ਸਿਰਫ ਇੱਕ ਨਾਇਬ ਲਾਉਂਦਾ, ਇੱਕ ਫੌਜਦਾਰ ਲਾਉਂਦਾ, ਗਵਰਨਰ ਕੋਈ ਨਹੀਂ ਲਾਉਂਦਾ, ਜਿਹਦਾ ਨਾਮ ਹੈ ਅਸਲਮ ਖਾਨ। ਅਸਲਮ ਖਾਨ ਅਤੇ ਹਰਸ ਹਾਏ ਅਤੇ ਪੱਟੀ ਦਾ ਚੌਧਰੀ ਦੇਵਾ, ਇਹ ਸਾਰੇ ਹਮਲਾ ਕਰਦੇ ਨੇ ਅਤੇ ਉਹ ਜੰਗ ਹੁੰਦੀ ਹੈ ਦਰਬਾਰ ਸਾਹਿਬ ਦੇ ਬਾਹਰ। ਉਸ ਜੰਗ ਦੇ ਜਥੇਦਾਰ ਨੇ ਭਾਈ ਮਨੀ ਸਿੰਘ, ਅਤੇ ਉਸ ਜੰਗ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੁੰਦੀ ਹੈ, ਉਹ ਕਹਾਵਤ ਮਰਦੀ ਹੈ, ਹਰਸਾ ਮਾਰਿਆ ਦੇਵਾ ਭੱਜਾ ਅਸਲਮ ਗਈ ਲਾਹੌਰ। ਇਸ ਕਹਾਵਤ ਨੂੰ ਬੰਸਾਵਲੀ ਨਾਮ 'ਚ ਕੇਸਰ ਸਿੰਘ ਛਿੱਬਰ ਨੇ ਵੀ ਲਿਖਿਆ ਕਿ ਹਰਸ ਹਾਏ ਮਾਰਿਆ ਗਿਆ, ਇਹ ਮਾਰਿਆ ਗਿਆ ਭਾਈ ਤਾਰਾ ਸਿੰਘ ਵਾਂ ਵਾਲੇ ਦੇ ਹੱਥੋਂ। ਇਹ ਘਟਨਾ ਹੈ 1709 ਦੀ, ਅਜੇ ਬੰਦਾ ਸਿੰਘ ਬਹਾਦਰ ਇਸ ਇਲਾਕੇ 'ਚ ਨਹੀਂ ਆਇਆ। ਸੁਣਿਆ ਕਦੀ ਇਸ ਜੰਗ ਦਾ ਜ਼ਿਕਰ? ਖਤਮ ਕਰ ਦਿੱਤੀ ਇਤਿਹਾਸ ਦੇ ਵਿੱਚੋਂ। ਕਾਰਨ ਕੀ ਸੀ? ਖੋਜ ਨਹੀਂ ਕੀਤੀ। ਔਰ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲਾ ਸੂਰਮਾ ਪਤਾ ਕਿੰਨੇ ਸਾਲ ਦੀ ਉਮਰ ਹੈ? ਲੱਖੀ ਸ਼ਾਹ ਬਣਜਾਰਾ ਦਾ ਪੁੱਤਰ ਭਾਈ ਨਗਾਈਆ ਸਿੰਘ 98 ਸਾਲ ਦੀ ਉਮਰ ਦੇ ਵਿੱਚ ਖੰਡਾ ਵਾਹੁੰਦਾ ਹੋਇਆ ਸ਼ਹੀਦ ਹੁੰਦਾ। ਅਠਾਨਵੇਂ ਸਾਲ ਦੀ ਉਮਰ, ਉਹਦਾ ਜਿਹੜਾ ਜਨਮ ਹੈ ਉਹ 1709 'ਚ ਸ਼ਹੀਦ ਹੁੰਦਾ ਹੈ ਅਤੇ 1611 ਦਾ ਉਹਦਾ ਜਨਮ ਹੈ। 98 ਸਾਲ ਦੀ ਉਮਰ ਦੇ ਵਿੱਚ ਉਹ ਮੈਦਾਨੇ ਜੰਗ 'ਚ ਜੂਝਦਾ ਸ਼ਹੀਦ ਹੁੰਦਾ। ਇਹਦਾ ਜ਼ਿਕਰ ਜੇ ਤੁਸੀਂ ਲੱਭਣਾ ਹੋਵੇ ਪੰਜਾਬ ਦੀਆਂ ਵਾਰਾਂ ਸੰਪਾਦਿਤ ਕੀਤੀਆਂ ਪਿਆਰਾ ਸਿੰਘ ਪਦਮ ਨੇ, ਉਹਦੇ ਵਿੱਚ ਦਰਸ਼ਨ ਭਗਤ ਦੀ ਵਾਰ, ਇੱਕ ਉਹਨੇ ਜ਼ਿਕਰ ਕੀਤਾ, ਇੱਕ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮ ਵਿੱਚ ਜ਼ਿਕਰ ਕੀਤਾ। ਬਾਕੀ ਸਾਰਾ ਸਾਡਾ ਇਤਿਹਾਸ ਅਤੇ ਇਤਿਹਾਸਕਾਰ ਚੁੱਪ ਨੇ, ਇਹ 'ਤੇ ਕੋਈ ਗੱਲ ਹੀ ਨਹੀਂ ਕੀਤੀ। ਮੈਂ ਉਹ ਸਾਰੀ ਵਾਰ ਇਸ ਕਿਤਾਬ 'ਚ ਦਿੱਤੀ ਹੋਈ ਹੈ ਕਿ ਸਾਰੀ ਲੜਾਈ ਸ਼ੁਰੂ ਕਿਸ ਤਰ੍ਹਾਂ ਹੋਈ, ਇਹ ਜੰਗ ਹੋਈ ਕਿਵੇਂ। ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਦੇ ਹਾਂ ਬਾਬਾ ਮੱਖਣ ਸ਼ਾਹ ਜੀ ਦੀ। ਬਾਬਾ ਮੱਖਣ ਸ਼ਾਹ ਦੀ ਜਿਹੜੀ ਆਮਦ ਹੈ ਉਹ ਬਣਦੀ ਹੈ 8 ਅਕਤੂਬਰ, ਅਤੇ ਹੁਣ ਉਹਨਾਂ ਦਾ ਬੇੜਾ ਜਿਹੜਾ ਉਹ ਕਦੋਂ ਘਿਰਿਆ ਹੋਵੇਗਾ ਭੰਵਰ ਦੇ ਵਿੱਚ ਅਤੇ ਕਿੱਥੇ? ਇਹ ਅਫਰੀਕਾ ਦੇ ਬਿਲਕੁਲ ਸਾਹਮਣੇ ਜਗ੍ਹਾ ਬਣਦੀ ਹੈ, ਅਤੇ ਇਹ ਜਿਹੜਾ ਅਗਸਤ 1664 ਦੇ ਵਿੱਚ ਇਹ ਜਿਹੜਾ ਬੇੜਾ ਹੈ ਉੱਥੇ ਘੁੰਮਣ ਕੇ ਲਈ ਫਸਦਾ ਹੈ। ਇਹ ਬੇੜਾ ਹੀ ਨਹੀਂ, ਉਸ ਸਮੇਂ ਦਾ ਜਿੰਨਾ ਵੀ ਤੁਸੀਂ ਜਹਾਜ਼ ਰਾਣੀ ਦੀ ਖੋਜ ਕਰਦੇ ਹੋ ਨਾ, ਅਤੇ ਬਹੁਤ ਸਾਰੇ, ਕਿਉਂਕਿ ਉਦੋਂ ਅੱਜ ਵਰਗੇ ਜਹਾਜ਼ ਨਹੀਂ ਸੀ, ਹਵਾ ਦੇ ਨਾਲ ਚੱਲਦੇ ਸੀ, ਹਵਾ ਦੇ ਹਿਸਾਬ ਦੇ ਨਾਲ ਹੀ ਪਹਿਲਾਂ ਸਮਾਨ ਉੱਧਰੋਂ ਲਿਜਾਇਆ ਜਾਂਦਾ ਸੀ, ਫਿਰ ਉੱਧਰੋਂ ਵਾਪਸੀ ਕੀਤੀ ਜਾਂਦੀ ਸੀ, ਅਤੇ ਉੱਧਰੋਂ ਵਾਪਸ ਮੁੜਨ ਵਾਲੇ ਜਿਹੜੇ ਜਹਾਜ਼ ਰਾਣੀ ਵਾਲੇ ਲੋਕ ਹੁੰਦੇ ਸੀਗੇ ਉਹ ਤਕਰੀਬਨ ਇੱਥੇ 7 ਅਕਤੂਬਰ 'ਚ ਇੱਥੇ ਪਹੁੰਚਦੇ ਸੀ। ਸੋ ਅਗਸਤ ਦੇ ਵਿੱਚ ਇਹ ਬੇੜੇ ਦੀ ਘਟਨਾ ਵਾਪਰਦੀ ਹੈ ਅਫਰੀਕਾ ਦੇ ਮਲਿੰਦੀ ਅਤੇ ਮਕਿੰਡੂ ਦੇ ਵਿਚਕਾਰ ਇੱਕ ਜਗ੍ਹਾ ਜਿਹਨੂੰ ਆਪਾਂ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਤੂਫਾਨ ਜ਼ਿਆਦਾ ਖੇਤਰ, ਉਸ ਨੂੰ ਅੰਗਰੇਜ਼ੀ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਇਹ ਜਿਹੜਾ ਹੈਗਾ ਉਹ ਜ਼ੋਨ ਆ ਜਿੱਥੇ ਸਭ ਤੋਂ ਵੱਧ ਜਹਾਜ਼ ਜਿਹੜੇ ਭੰਵਰ ਦੇ ਵਿੱਚ ਫਸ ਜਾਂਦੇ ਆ।
तीन पासे तो उन्होंने छवावां आउंदियां ने नाल बरसात शुरू हो जाती है। इत्थे आउंदे ने इत्थों दे सारे घटनाक्रम दे तुहानू सारा पता है, इस दे बारे कोई बहुता विस्तार जाण दी लोड़ नहीं। पर उन्हां दे गुरु साहब दे नाल संबंध पहली गल ते कि 15 साल की उम्र दे विच अपने पिता जी दे नाल अमृतसर आउणा, उस तों बाद अगे आ जाओ 1619 26 अक्टूबर नूं गुरु हरगोबिंद साहब ग्वालियर दे किले दे विचों रिहा होंदे ने बहुत सारे राजयां दे समेत, ते राजयां दे समेत रिहा होण तों बाद गुरु साहब आउंदे ने श्रीनगर, ते जिहड़ा उस समें दा साडे कोल स्रोत है उहदे च बकायदा जिक्र है कि गुरु हरगोबिंद साहब जदों 1619 दे विच आउंदे ने श्रीनगर ते भाई दासा जी ते बाबा मक्खण शाह पिता ते पुत्र उन्हां नूं मिलदे ने ते लगातार 1.5-2 महीने उन्हां दे नाल रहिंदे। एक गल आ गई कि गुरु नानक साहब तो जुड़िया परिवार हुण गुरु हरगोबिंद साहब तक आ जाता है, गुरु हरगोबिंद साहब ज्योति जोत समा जाते हैं, फिर गुरु हर राय साहब का समा है, तो गुरु हर राय साहब के समय सानू एक मीटिंग का जिक्र मिलता है कीरतपुर साहब, वो बड़ी अहम मीटिंग है। उस मीटिंग दे विच बैठे ने भाई माई दास, भाई मनी सिंह के पिता जी, भाई लखी शाह वणजारा जी, भाई दासा जी अपने पुत्र मक्खण शाह लवाणा दे नाल। विचार की हो रही है, तुसी विचार तो हैरान हो जाओगे, विचार ये हो रही है कि कोई वड्डा इलाका खरीद लिया जाए जेड़ा कल नूं सानू हो सकता है कि गुरिल्ला जंग दे वास्ते लड़ना पवे, तो उहदे लई असी उस इलाके नूं वरत सकीए, ते उह 70 पिंडां दी जगीर खरीदा है लखी शाह वणजारा जिसनों अज लोहगढ़ का इलाका तुसीं कहिंदे हो, जिहड़ी बंदा सिंह बहादुर दे वल्लों वरती जांदी है। असी लोहगढ़ दे बारे सिर्फ इन्ना की जाणदे कि मुखलिसगढ़ एक छोटा जिहा किला सी, बंदा सिंह बहादुर ने उत्ते कब्जा किया ते जंग लड़ ली, कितें मुसलमानां दे जिहड़े सरोत ने हाजी काम वार खान, खाफी खान, गुलाम हुसैन, इबरतनामे दा लिखारी मुहम्मद कासम लाहौरी, मुहम्मद कासम हारसी, मुहम्मद कासम औरंगाबादी, इस तों बिना हाजी कामवार खान, इन्हां नूं पढ़ के तां वेखो कितें ओह कहिंदे ने कि बादशाह दी तां जान निकली पई सी कि इन्ने वड्डे इलाके नूं असीं कब्जा किवें करांगे, ते कहिंदा सारे आले दुआले जिहड़े सीगे ओह वसण वाले वणजारियां दे पिंड, ओह वसण वाले लबाणियां दे पिंड, ते बंदा सिंह बहादुर नूं उत्थे खुराक दी कोई कमी नहीं सी आउंदी, ते साडे तक पहुँचदे कुछ नहीं सी, इन्ने बुरे हाल सी फौज दे। ते मुसलमानां दी लिखतां पढ़ो कि लोहगढ़ दी अहमियत की सी उस समय, और उस लोहगढ़ दा इलाका खरीदण दी सलाह कीती जा रही है। आ कि दिल्ली दा मैं कहना कि सिखां दा तां कोई ना इतिहासकार बोर्ड ते ना साडी कोई संस्था, दिल्ली दी जमाबंदी दे पुराने सारे कागज़ जिहड़े कढ़वा के वेख लो, 12 खंबा दा इलाका, लाल किले दा इलाका, भागलपुर दा इलाका, कनाट प्लेस दा इलाका, मालचा महल दा इलाका, सारा ही लखी शाह वणजारा दे परिवार दे नाम है सारा ही, असीं तुरे ही नहीं उस पास, असीं खोज करन दे बारे सोचे कि साडे इतिहास तक कित्थे किन्ना कुछ पिया। तुहानूं पता है गुरु हरकृष्ण सच्चे पातशाह जदों ज्योति जोत समाउंदे ने ते अंतम रस्मां दिल्ली कीतियां जांदियां ने, उहदे तों बाद जिहड़ियां शहादतां हुंदियां ने भाई मतीदास जी, भाई सतीदास जी, भाई दयाला जी, उन्हां दा अंतम संस्कार कित्थे होया, और जिस दिन गुरु तेग बहादुर साहब नूं शहीद किया जाता है उस दिन ही बड़े प्यार दे विच भिजा होया बाबा बुढ़ा जी के परिवार के जो भाई कल्याणा जी शरीर त्याग देंदे ने, उन्हां दा अंतम संस्कार कित्थे होंदा, गुरु के महलां दा गुरु गोबिंद सिंह महाराज के माता सुंदरी का संस्कार कित्थे होंदा, भोगलपुर इलाके च हुंदा ते जिस इलाके च हुंदा वह सारी लखी शाह वणजारा की मलकीयत है, मैं सारे दस्तावेज इस किताब दिते हो, असी तो अजे तक वो जगह भी ना कढ़ा सके कि इत्थे साडे गुरु साहब के नाल शहादतां देण वाले सिखां दे अंतम संस्कार किए गए।
मैं बात आरंभ जी गल कही सी कि इतिहास के बारे असी कुछ भी खोज नहीं कर रहे, असी तो बस कानरास तक सीमित रह गए हैं। मैं भी इतने व्डिया व्डिया जी लच्छेदार जी गल्ला करा बड़िया वधिया लगनगियां, पर मैं स्रोतों के आधारित गल्ला करा तुसी कहना वक्त जहाँ खराब करी जाता साडा, इस सानू की लभना, सानू लभना ही ये साडा विरसा है, साडा इतिहास है। सो उस तो बाद इस मुलाकात तो बाद गुरु हर राय साहब 1660 दे विच जांदे ने श्रीनगर, ते 1660 दे विच फिर पिता ते पुत्र भाई दासा जी ते बाबा मक्खन शाह लबाणा फिर गुरु साहब नूं मिलदे ने, ते उन्हां दिनां दे विच ही बाबा दासा जी की तबीयत खराब हो जाती है, वो अकाल चलाना कर जाते हैं, ते टांडा पिंड दे विच उन्हां दियां अंतम रस्मां करदे ने गुरु हर राय साहब। तीन दिन वह बाबा मक्खन शाह जी दिन परिवार के रेंदे ने, तो वो तो बाद फिर वो बाकी इलाकों के होंदे हुए फिर वापस आते कीरतपुर साहब। गुरु हर राय साहब तो बाद गुरु हर किशन साहब, इन्हों की मुलाकात का एक जिक्र सानू कीरतपुर साहब आता है। वो तो बाद ये अपने व्यापार से चले जाते हैं, तो जदों इन्हों का जहाज जिथे मैं जगह की गल की है जिस जगह के उपर जहाज वो फसदा है उदो जी अरदास करते हैं वही मैं किताब च दिती है, उदो उन्होंने नहीं पता कि अठवें पातशाह ज्योति जो समा चुके हैं, वह बाला प्रीतम का नाँ लैके अरदास करते हैं, वह तो जो वापस आते हैं उदो पता लगता है कि गुरु हर किशन साहब ज्योति जो समा चुके हैं। तो हूँ बाबे बकाले की गल करके, हूँ जोड़े गुरु पातशाह ने वह बाबे बकाले ने, सो इस करके जी जहाज के अरदास करते हैं उस अरदास दे विचों कहिंदे ने कि नाम ले ले अठवें गुरु का, वो अठवें गुरु दी अरदास कर रहे हैं। उन्होंने उस समय नहीं पता समुंदर दे विच कि वह उस समय ज्योति जो समा चुके हैं, वो गुरु हर किशन साहब नूं मुखातब होकर अरदास करते हैं। नौवें पातशाह के समय इत्थे मैं पहला भी दस्सा सारे घटनाक्रम का तुहानूं पता है, दरबार साहब तक भी वो नाल जांदे ने। उस तो बाद गल चलती है आनंदपुर साहब वाली जमीन खरीदन की राणी चंपा दे कोल, उस समय भी जिहड़ी राणी है वह कहती है कि जेकर सिख गुरु साहिबान इस इलाके दे विच जमीन खरीद के अपनी रहायश कर लैन तो जिहड़ी गुआंढी राजियां दे नाल साडे तफरकात पैदा होए ने सानू विचकार एक बफर स्टेट बन जाएगी कि साडा बचाव हो जाएगा। तो गुरु साहब की कहिंदे ने, कहिंदे ने कि गुरु घर की रवायत नहीं खैरात दे विच जमीन लैना, गुरु घर की रवायत नहीं खैरात दे विच जमीन लैना। जिन्हें भी गुरु साहब ने नगर वसाए ने गुरु नानक सच्चे पातशाह के करतारपुर साहब तो लैके आनंदपुर साहब तक सारे ही नगर जमीन खरीद के वसाए ने, जमीन पर कब्जा नहीं किया। गुरु तेग बहादुर साहब कहते हैं कि यह तो गुरु नानक के दर की रवायत ही नहीं है कि असी जमीन खैरात दे विच लईए, मुल दसो। तो जो मुल लैन दे वास्ते माया कतर की जाती है तो उन्होंने समय के एक बहुत वड्डा योगदान बाबा मक्खन शाह पाउंदे, फिर वह कुछ समा उत्थे रहिंदे ने। जदों वापस जाते ने फिर अपने व्यापार के उपर तो उदों भी उन्होंने साथी कहते हैं बरसात खत्म हो गई, ये पुरातन जन्म साखी के दस लेने का, बरसात खत्म हो चुकी ने हुण असी व्यापार के वास्ते चलीए। तो उस वेले बाबा जी कहते ने, कहते कारोबार तो विहार है, जाना तो पैना है, पर गुरु साहब तो लांभे होने दिल नहीं करते। खैर अगे आ जाइए, 1675 दे विच गुरु तेग बहादुर साहब की शहादत होंदी है। तो हुण जिक्र आउंदा है कि उत्थे लखी शाह बनजारा जी का जिक्र आउंदा, बाबा मक्खन शाह का जिक्र इस करके नहीं आउंदा कि वह एक साल पहला अकाल चलाना कर चुके, 1674 दे विच वह अकाल चलाना कर चुके। पर उन्हां दे तीन पुत्र जिहड़े ने जिन्हां पुत्रां दा जिक्र सानू भट्ट वहीआं च भी मिलता है, वह तिन्ने पुत्र बाबे बकाले भी आए सी जदों 1699 नूं गुरु गोबिंद सिंह महाराज खंडे बाटे की पहुल बख्शिश करते हैं, तो उन्हां दा पुत्र खुशहाल चंद खुशहाल सिंह बनता है, उन्हां दा पुत्र चंदू लाल जवंद सिंह बनता है, उन्हां दा पुत्र लाल चंद लाल सिंह बनता है। तिन्ने पुत्र ही खंडे बाटे की पहुल लैंदे ने, एक पुत्र व्यापार संभालदा है ते दो पुत्र गुरु साहब दे कोल रहना शुरू कर दिंदे। लाल चंद जिहड़ा लाल सिंह बनता है वह सारी व्यापार की जिम्मेवारी लैंदा है,
दो पुत्र गुरु साहब दे कोल रहना शुरू करते हैं। सितंबर 1700 दे विच गुरु गोबिंद सिंह महाराज बैठे ने दरबार दे विच, ते उस वेले सरदार चतर सिंह बराड़ जिहड़ा सुइया विभाग का मुखी है उस वेले गुरु गोबिंद सिंह महाराज का, क्योंकि जो असी फॉर्मेशन की गल ही ना पता होगी कि गुरु साहब ने जंगा लड़िया कि असी सोचते कि बस एक जत्था हो जाए लड़की नहीं, वह कहता एक सुइया विभाग से वह जो इंटैलीजेंट विंग है वह जो मुखी है चतर सिंह बराड़, वह गुरु साहब को तीन दिन पहला आके दस दिंदा है कि राजा केसरी चंद राजा उदय चंद शराबी हाथी नू मंगवा के ते लोहगढ़ का दरवाजा तोड़ना चाहते हैं। हुण लोहगढ़ का दरवाजा क्यों, गुरु साहब की उत्थे रहायश तो है नहीं, लोहगढ़ का दरवाजा क्यों तोड़ना सी, क्योंकि उत्थे भाई राम सिंह शस्त्र तैयार करता सी। हुण मैं तुहानूं थोड़ा फिर पिछे लैके जाना, इस परंपरा नूं भी जोड़ना पवेगा। जदों अमृतसर पहली जंग हुंदी है छेवें पातशाह के समय, गुरु हरगोबिंद साहब के समय, जिन्हों असीं अमृतसर की पहली जंग कहने, उस जंग तो बाद एक दूजी झड़प हुंदी है, उस जंग तो बाद जिहड़ी दूजी जंग हुंदी ना, सिख आके शिकायत करते ने गुरु हरगोबिंद साहब पातशाह नूं, पातशाह लाहौर दे जिस लोहार दे कोलों मौला बख्श, शायद उसका नाम है किताब च दिता होया, कि जिहदे कोलों तुसीं शस्त्र तैयार करवा के सानूं दिंदे हो, इस वारी उसने शस्त्र वधिया तैयार नहीं किए, इस वारी शस्त्र तैयार वधिया नहीं किए। होया की कि मैदाने जंग दे जूझदियां वार दा वार होण दे नाल वार रोकदियां तलवारां टुट रहियां ने, दुप्पड़ लोहे दे शस्त्र ने, शस्त्र माड़े तैयार किए ने, ते उस वेले फिर ये जिहड़े दो परिवार ने लखी शाह बनजारा जी ते भाई दासा जी मक्खण शाह जी दे पिता जी, उदों फिर राजपुताने दे इलाके चो केहर सिंह रठौर नूं लै के आउंदे शस्त्र तैयार करन वास्ते, ते उसे केहर सिंह रठौर दा जिहड़ा परिवार है वह राम सिंह की अगवाई दे विच शस्त्र बना रहा लोहगढ़ के किले दे विच, जिस करके उस किले दे उपर हमला किया जाता है कि जेकर तुसीं हथियारां ते कब्जा कर लिया फौज ने लड़ना कहदे नाल। सो लोहगढ़ के किले के उपर हमला करन दे वास्ते जो गुरु साहब नूं खबर मिलती है, अगला घटनाक्रम तुसीं जानदे हो, मजीठे का दुनी चंद भज जांदा डरदा, हालांकि शेर सिंह मजीठिया बड़ी वधिया गल करदा है, कहिंदा दुनी चंद जदों गुरु साहब नूं खबर मिली सी ना कि हाथी दे नाल दरवाजा तोड़ना है, तो गुरु साहब ने पता की कहा सी कि जे उन्हां दा हाथी आ रहा तो साडा हाथी दुनी चंद है, दुनी चंद मन मेरी गल समझ, गुरु ने कह दिता हाथी तो मारिया जा चुका, तैनू तो वड्याई देनी है गुरु ने भजना, जो होना सी हो चुका है, जे गुरु ने कह दिता ना कि उस हाथी का मुकाबला साडा सिंह करूगा तो समझ हाथी मर चुका है भजना, पर डर पै भज गया। हुण अगले दिन दरबार ला के बैठे ने, गुरु साहब नूं जदों ये खबर मिलती है कि दुनी चंद भज गया, तो बचित्र सिंह पता की सोच रहा, बचित्र सिंह तब रिदे बिचारियो ए अवसर अब मेरा, हुतों मतंग अंग में वर्षा करके उस कनेरा, किते गुरदेव पातशाह ए सेवा मैनू बख्श देना। हुण बचित्र सिंह कौन है, भाई मनी सिंह का पुत्र। तीन जथे उस वेले इकट्ठे किए जाते हैं, तीन जथे, एक जथे का काम है हाथी नूं रोकना भाई बचित्र सिंह, दूजे जथे का मुखी है भाई उदय सिंह बचित्र सिंह का भरा, जिसका काम है केसरी चंद की बाही नूं रोकना, ते तीसरा भाई खुशहाल सिंह मक्खण शाह लवाणा का बेटा, जिसका काम है कि किले वल आने वाली पहाड़ियों की फौज नूं रोकना। ये तीन जथे तोरे जाते हैं, मक्खण शाह लुबाणा जी का बेटा खुशहाल सिंह अपनी बाही ते जांदा है, भाई बचित्र सिंह जिसनों गुरु साहब उस वे नागनी वर्षा दे के तोरते, ये गल कहनी बड़ी सौखी है, दो चीज़ां बड़ियां अहम होंदियां ने, जदों तुसीं हाथी का मुकाबला करना है तो किते स्रोतां नूं पढ़ो, गुरु साहब कहिंदे की ने, वैसे तुसीं किते एलीफेंट हंटिंग जिहड़ी अफ्रीका च हुंदी सी ना उहनूं किते पढ़ के वेखियो, जरूर पढ़ियो, क्योंकि मैनूं तां इस किताब की खोज करके उस इलाके च रहण दा मौका मिलिया। हाथी दे उपर वार करन दी दो ही जगह हुंदियां ने, सामने पास एक हुंदा उहदा मत्था, एक हुंदा लत्तां दे विचकार जे उहदे दिल च कुछ वज सके, ते तीजा हुंदा उहदी पूछ दे बिल्कुल उपरले पासे जिथे उहदी स्पाइनल कार्ड जिहड़ी है वह
कमजोर हो जाती है तो पिछलियां लत्तां तो डिग पैंदा। ये तीन जगह ने जिथे बरछे का वार किया जाता है। हुण जे किते तुसी भाई संतोख सिंह की रचना पढ़ो तो गुरु साहब बकायदा उत्थे समझाउंदे ने बचित्र सिंह नूं कि इत्थे इत्थे वार करना है। तो फिर अपने कोलों दिंदे ने नागनी बरछा। तो नागनी बरछे की मैं इहदे च बनावट के समय सारा जिक्र किया। उन्हां समयां दे विच उस बरछे नूं बनाउण दा खर्च 17,000 रुपया आया। उन्हां समयां दे विच उस बरछे नूं बनाउण दी कीमत 17,000 है। इहदा जिक्र भाई वीर सिंह ने भी किया सी, उन्हां दा भी पढ़ लो। संतोख सिंह होणा भी किया, सरूप सिंह कोशिश ने भी किया। सब तो पुराना स्रोत है साडे इतिहास का। दिता जाता है नागनी बरछा भाई बजित्र सिंह होना, कृपा बरछा दिता जाता है भाई उदय सिंह होना, तेग दिती जाती भाई खुशहाल सिंह होना, वो तो हाथी भजा देंगे ने केसरी चंद का सिर वढ़ के जिहड़ा लै आउंदा भाई उदय सिंह, ते भाई खुशहाल सिंह दुश्मना रोकते हुए उत्थे शहादत प्राप्त कर जाते हैं। सो बाबा मक्खन शाह का एक पुत्र उत्थे शहादत प्राप्त कर जाता है। दूसरा पुत्र वहीर के नाल निकलता जो गुरु साहब आनंदपुर साहब छड़ते हैं, तो चमकौर की गढ़ी दे विच वो शहादत प्राप्त करते हैं। तीसरा पुत्र भाई लाल सिंह, जदों गुरु गोबिंद सिंह महाराज खिदराने की ढाब की जंग लड़न तो बाद दमदमा साहब जा रहे हैं, एक पिंड दे विच बैठे ने। हालात तुहानू पता है पिछे फौजां लगियां हुण तां किवें दे हुंदे ने। तां उस वेले एक टांडा आउंदा है ते पातशाह कहिंदे आ साडा लाल सिंह मक्खण शाही आ गया। इहदा जिक्र गुरु कीआं साखियां च सरूप सिंह कोशिश ने कीता। ते उस समय उस इलाके चो उह गुड़ लद के लैके आ रहा, ते सारा गुड़ संगत ते गुरु साहिब नूं अर्पित कर दिंदा। इह उहनां दा तीसरा पुत्तर है। सो इह उहनां दी परिवारक बंसावली सी कि किन्ना वड्डा उह परिवार, किन्ना वड्डा उहनां दा कारोबार, किस तरह दे नाल उह गुरु साहिब दे नाल जुड़े रहे। हुण एक पक्ष जिहड़ा सीगा मैं तुहाडे नाल सांझा करदा उह रहि गया, उह सी भाई भगवंत सिंह लबाणा, उहनां दी जिहड़ी रियासत ते उहनां दी शहादत बड़ा अहम पक्ष है। औरंगजेब दे समय जिहड़ा अटक दा इलाका है पाकिस्तान दे विच, अटक दे इलाके दे जिहड़े पठान ने उत्थे पठाणा दीआं 24 मुखियां ने, मैनूं उत्थे खोज करन दा मौका मिलिया, यूसुफ जई, सिद्धो जई, हुसैन जई, ये 24 मुखियां ने उन्हां दीआं, ते सारे अपने आप नूं एक दूजे तों वध समझदे, एक दूजे तों वध बहादुर समझदे ने, वह कभी किसी के थले नहीं आते। उत्थों के एक जरनैल खुशहाल खान खट्टक ने बगावत कर दी, ते उस बगावत के बारे तुसी सारी बगावत के बारे जिहड़ियां अंग्रेजां दीआं किताबां पढ़ लो, वह कहिंदा कि इस बगावत के पिछे भागू वणजारा है। वह भागू वणजारा भाई भगवंत सिंह है, उही भगवंत सिंह जिहड़ा 9 जून 1716 नूं बंदा सिंह बहादुर दे नाल शहीद होंदा है। हुण इस सारी बगावत तो बाद वह तिने भरा अपना नाल कारोबार भी करते हैं। वह भाई मनी सिंह दे चाचे दे पुत्तर ने, वह कारोबार भी करते हैं, और कारोबार के दौरान ही जो दक्षण से जाते हैं तो औरंगजेब भी दक्षण दे विच है, तो औरंगजेब नूं जो पता लगता है ना कि यह वह परिवार है जिस परिवार के वडेरिया ने, वह मैं जिक्र किया जिहड़ी उस दक्षण के इलाके च खांडुआ की लड़ाई हुई सी, उस छोलापुर की सारी रियासत के उपर मनी सिंह के वडेरिया ने कब्जा किया। उस परिवार के हुण जो भागू वणजारा आया, तो जो औरंगजेब के दरबार के उसनों हुक्म किया जाता है ना जी, ये वणजारा जिन्हें ताडे खिलाफ़ बगावत की सी। तो औरंगजेब के शब्द पता की है मसरे आलम आदमगिरी, फारसी की किताब है, मैं सारा का जिक्र किया। औरंगजेब पता की कहिंदा उहनूं भागू वणजारे नूं तक के कहिंदा ई दरगाहे मी दरगाहे ना उम्मीदी नेसत सदबार अगर तौबा करदम बाज आ। वह भागू बन जा रहा, तेरे वर्गे बहादुर बंदे नू मेरे दरबार चाउण तो कोई ना नहीं, तू एक नहीं सौ गुना करके आ, सदबार अगर तौबा करदम तू सौ गुना करके आ, मैं तां वी तेनू गल ना लाऊंगा कि तू बहादुर बना। पर वह औरंगजेब तो प्रभावित नहीं हुंदा, वह आउंदा नदेड़ ते अपने तिन्ना भरावां दे नाल खंडे बाटे दी पाहुल लैके भगवंत सिंह, कौर सिंह ते बाज सिंह बनदे ने, जिहड़े फिर अपने परिवार के सारे जीआं दे नाल अगो शेर सिंह, सरदार नार सिंह, उन्हां दे पुत्तर, भरा दे पुत्तर, वह सारे शहीद हुंदे ने 9 जून 1716 नूं बाबा बंदा सिंह बहादुर दे वार। इसे तरह के नाल भाई लखी शाह वणजारा के परिवार दीआं शहादतां
ਭਾਈ ਮਨੀ ਸਿੰਘ ਹੁਣਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ। ਭਾਈ ਮਨੀ ਸਿੰਘ ਹੁਣਾਂ ਦੀ ਜਿਹੜੀ ਭੂਆ ਹੈ ਉਹ ਰਠੌਰ ਪਰਿਵਾਰ ਦੇ ਵਿੱਚ ਵਿਆਹੀ ਹੋਈ ਸੀ, ਸਰਦਾਰ ਬਜਰ ਸਿੰਘ ਰਠੌਰ ਦੇ ਪਰਿਵਾਰ ਦੀਆਂ ਸ਼ਹਾਦਤਾਂ। ਸੋ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇਤਿਹਾਸ ਦਾ, ਮੈਂ ਸੋਚਦਾ ਕਿ ਇਹਨੂੰ ਕੱਢ ਦਿਉ ਇਤਿਹਾਸ 'ਚੋਂ, ਨਾ ਬੋਲੋ, ਕੁਛ ਨਹੀਂ ਬਚਦਾ ਇਤਿਹਾਸ ਦੇ ਵਿੱਚ। ਇਸ 'ਤੇ ਸਾਨੂੰ ਬਹੁਤ ਜ਼ਿਆਦਾ ਖੋਜ ਕਰਨੀ ਪਵੇਗੀ। ਵਕਤ ਮੈਂ ਤੁਹਾਡਾ ਬਹੁਤ ਲੈ ਲਿਆ, ਕਿਤੇ ਫਿਰ ਮੌਕਾ ਮਿਲਿਆ ਅਤੇ ਸਾਰੇ ਵਿਸਥਾਰ 'ਚ ਇਸ ਦੀ ਗੱਲ ਕਰਾਂਗੇ। ਪਰ ਇਤਿਹਾਸ ਬਹੁਤ ਲੰਬੇਰਾ ਹੈ, ਇਹਦੀਆਂ ਬਹੁਤ ਸਾਰੀਆਂ ਗੁੰਝੀਆਂ ਪਰਤਾਂ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਖੋਜ ਕਰਨੀ ਪਵੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਹ ਸਤਿਕਾਰ ਸਹਿਤ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।